ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਜੀ ਆਇਆਂ ਨੂੰ ਆਪਣੇ ਬੀ ਸੀ ਟਾਈਗਰ ਦੀ ਅੱਜ ਆਪਾਂ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਦੇ ਲਈ ਸਾਰੇ ਇਕੱਠੇ ਹੋਏ ਹਾਂ। ਸੋ ਸਾਰਿਆਂ ਦਾ ਧੰਨਵਾਦ। ਅਤੇ ਆਪਾਂ ਜਿਹੜੇ ਡਿਊਟੀਆਂ ਆਪਾਂ ਲਾਈਆਂ ਸਾਰਿਆਂ ਦੀਆਂ, ਆਲਮੋਸਟ ਮਤਲਬ ਸਾਰਿਆਂ ਨੇ ਕੰਪਲੀਟ ਕਰ ਵੀ ਲਈਆਂ। ਸੋ ਆਪਾਂ ਉਸੇ ਦੇ ਲਈ ਅੱਜ ਇਕੱਠੇ ਹੋਏ ਹਾਂ। ਤੁਹਾਨੂੰ ਪਤਾ ਜਿਵੇਂ ਇਸ ਟੂਰਨਾਮੈਂਟ ਦੇ ਵਿੱਚ ਤਕਰੀਬਨ 200 ਤੋਂ 200 ਟੀਮ ਪਾਰਟੀਸਪੇਟ ਕਰ ਰਹੀ ਆ। ਇਸ ਵੇਲੇ ਜਿਹੜੇ ਨੰਬਰ ਆ 180-85 ਦੇ ਨੇੜੇ ਆ, ਅਤੇ ਹਾਲੇ ਹੋਰ ਟੀਮਾਂ ਵੀ ਆ ਰਹੀਆਂ ਨੇ। ਅਤੇ ਜਿਹਦੇ ਵਿੱਚ 8 ਪ੍ਰੀਮੀਅਰ ਡਿਵੀਜ਼ਨ ਦੀਆਂ ਟੀਮਾਂ ਨੇ, ਅਤੇ ਜਿਹਦਾ ਆਪਣਾ 13,000 ਇਨਾਮ ਆ ਫਸਟ ਪਲੇਸ ਦਾ, ਜਿਹੜਾ ਸਪੋਂਸਰਡ ਆ ਆਪਣੇ ਮੈਕੋਵਰਡ ਫਰਨੀਚਰ ਵੱਲੋਂ। ਅਤੇ ਆਪਣੇ ਹੋਰ ਵੀ ਸਾਰੇ ਸਪੋਂਸਰਸ ਹੈਗੇ ਨੇ ਜਿਹੜੇ ਆਪਾਂ ਨੂੰ ਇਸ ਟੂਰਨਾਮੈਂਟ ਸਪੋਰਟ ਕਰਦੇ ਆ, ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਬੀ ਸੀ ਟਾਈਗਰਸ ਦੀ ਸਾਰੀ ਆਪਣੀ ਜਿਹੜੀ ਟੀਮ ਆ, ਕਿਉਂਕਿ ਇਹ ਐਡਾ ਬੜਾ ਉਪਰਾਲਾ ਕਰਨਾ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ। ਇਹ ਜਿਹੜੇ ਅੱਜ ਸਾਰੇ ਆਪਾਂ ਇਕੱਠੇ ਹੋਏ ਹਾਂ, ਇਸ ਲਈ ਇਕੱਠੇ ਹੋਏ ਕਿਉਂਕਿ ਸਾਰਿਆਂ ਰਲ ਮਿਲ ਕੇ ਇਸ ਟੂਰਨਾਮੈਂਟ ਨੂੰ ਸਕਸੈਸ ਕਰਨਾ। ਅਤੇ ਇਹ ਫਰਾਈਡੇ ਸ਼ਾਮ ਨੂੰ 5:30 ਵਜੇ ਸ਼ੁਰੂ ਹੋਣਾ ਓਪਨਿੰਗ ਸੈਰਾਮਨੀ। ਓਪਨਿੰਗ ਸੈਰਾਮਨੀ ਦੇ ਉੱਤੇ ਅਰਦਾਸ ਨਾਲ ਹਮੇਸ਼ਾ ਅਸੀਂ ਸ਼ੁਰੂ ਕਰਦੇ ਹਾਂ, ਉਸੇ ਤਰ੍ਹਾਂ ਟੂਰਨਾਮੈਂਟ ਦੀ ਸ਼ੁਰੂਆਤ ਹੋਣੀ ਆ। ਅਤੇ ਉਸ ਤੋਂ ਬਾਅਦ ਉਹ ਕੈਨੇਡਾ ਅਤੇ ਆਪਣਾ ਉਸ ਤੋਂ ਬਾਅਦ ਪੰਜਾਬੀ ਕਲਚਰ ਦਾ ਜਿਹੜਾ ਗਿੱਧਾ ਅਤੇ ਭੰਗੜਾ ਉਹ ਵੀ ਹੋਣਾ ਫਰਾਈਡੇ ਨੂੰ। ਅਤੇ ਉਸ ਤੋਂ ਬਾਅਦ ਬੱਚਿਆਂ ਦੇ ਲਈ ਆਈਸ ਕ੍ਰੀਮ ਅਤੇ ਪੀਜ਼ੇ ਦਾ ਇੰਤਜ਼ਾਮ ਵੀ ਕੀਤਾ ਆਪਾਂ ਨੇ, ਤਾਂ ਕਿ ਸਾਰੇ ਜਿਹੜੇ ਆਪਾਂ ਹੋਲ ਕਮਿਊਨਿਟੀ ਨੂੰ ਸੱਦਾ ਦਿੰਦੇ ਹਾਂ ਵੀ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਆਓ ਅਤੇ ਇਸ ਟੂਰਨਾਮੈਂਟ ਦਾ ਆਨੰਦ ਮਾਣੋ ਫਰਾਈਡੇ ਨੂੰ। ਸੈਚਰਡੇ ਨੂੰ ਆਪਣੇ ਸਵੇਰੇ ਮੈਚ 9 ਤੋਂ 9 ਚੱਲਣੇ ਆ, ਅਤੇ ਫਰਾਈਡੇ ਨੂੰ ਸ਼ਾਮ 5:30 ਵਜੇ ਓਪਨਿੰਗ ਸੈਰਾਮਨੀ ਨਾਲ ਮੈਚ ਸ਼ੁਰੂ ਹੋ ਜਾਣੇ ਰਾਤ 9 ਵਜੇ ਤੱਕ। ਅਤੇ ਉਦੋਂ ਆਪਣੇ ਪ੍ਰੀਮੀਅਰ ਡਿਵੀਜ਼ਨ ਦੇ ਮੈਚ ਹੋਣਗੇ 7:30 ਤੇ 9 ਵਜੇ ਫਰਾਈਡੇ ਵਾਲੇ ਦਿਨ। ਅਤੇ ਸੈਚਰਡੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੈਚ ਚੱਲਣਗੇ ਆਪਣੇ ਨਿਊਟਨ ਦੇ ਵਿੱਚ। ਇੱਥੇ ਆਪਣੇ 7-8 ਫੀਲਡ ਹੈਗੇ ਆ, ਮਿੰਨੀ ਫੀਲਡਸ ਨੇ, ਅਤੇ ਬਾਹਰ ਵੀ ਸਰੀ ਦੇ ਬਾਕੀ ਫੀਲਡਾਂ ਦੇ ਵਿੱਚ ਵੀ ਆਪਣੇ ਮੈਚ ਚੱਲਣੇ। ਸੋ ਇਹੀ ਆ ਵੀ ਜਿਹੜੇ ਆਪਣਾ ਭਾਈਚਾਰਾ ਸਾਰਾ ਬੱਚਿਆਂ ਨੂੰ ਨਾਲ ਲੈ ਕੇ ਆਓ, ਬੱਚਿਆਂ ਨੂੰ ਦਿਖਾਓ ਇਹ ਜਿਹੜੇ ਟੂਰਨਾਮੈਂਟ ਆ ਵੀ ਕਿੱਦਾਂ ਆਪਣੀ ਕਮਿਟੀ ਨੇ ਕਿੱਥੇ ਤੱਕ ਪਹੁੰਚ ਚੁੱਕੀ ਆ। ਔਰ ਪਲੇਅਰ ਇਸ ਟੂਰਨਾਮੈਂਟ ਦੇ ਵਿੱਚ 2 ਟੀਮਾਂ ਟੋਰਾਂਟੋ ਤੋਂ ਆ ਰਹੀਆਂ ਨੇ, 2 ਟੀਮਾਂ ਐਡਮਿੰਟਨ ਤੋਂ, ਅਤੇ 2 ਕੈਲਗਰੀ ਤੋਂ। ਕੈਲਗਰੀ ਤੋਂ ਇੱਕ ਪ੍ਰੀਮੀਅਰ ਡਿਵੀਜ਼ਨ ਟੀਮ ਵੀ ਆ ਰਹੀ ਆ। ਸੋ ਇਸ ਲੈਵਲ ਤੱਕ ਦੇ ਟੂਰਨਾਮੈਂਟ ਨੂੰ ਸਰੀ ਵਰਗੇ ਸ਼ਹਿਰ ਦੇ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਮੁਹੱਈਆ ਕਰਾਉਣਾ, ਔਰ ਸਾਰਿਆਂ ਦੀ ਸਪੋਂਸਰ ਦੇ ਕਰਕੇ ਜਾਂ ਕਿੱਦਾਂ, ਬਹੁਤ ਬੜੀ ਉਪਲਬਧੀ ਆ ਆਪਣੇ ਭਾਈਚਾਰੇ ਦੀ ਸਾਰੇ ਸਪੋਂਸਰਸ ਕਰਕੇ, ਅਤੇ ਆਪਣਾ ਜਿਹੜੇ ਵਲੰਟੀਅਰਸ ਆ ਇਹਨਾਂ ਕਰਕੇ। ਅਤੇ ਇਹ ਟੂਰਨਾਮੈਂਟ ਹਰੇਕ ਸਾਲ ਹੁੰਦਾ, ਅਤੇ ਐਤਕੀ 12ਵਾਂ ਟੂਰਨਾਮੈਂਟ ਆ ਆਪਣਾ ਇਹ। ਅਤੇ ਸੰਡੇ ਨੂੰ ਜਿਹੜਾ ਹੈਗਾ ਪ੍ਰੋਗਰਾਮ ਉਹ ਆਏ ਆ, ਸੈਮੀਫਾਈਨਲ ਸਵੇਰੇ ਮੈਚ ਹੋਣਗੇ ਪ੍ਰੀਮੀਅਰ ਡਿਵੀਜ਼ਨ ਦੇ ਗੋਲਡ ਦੇ, ਅਤੇ ਸ਼ਾਮ ਨੂੰ 6 ਵਜੇ ਆਪਣਾ ਫਾਈਨਲ ਮੈਚ ਹੋਊਗਾ। ਸ਼ਾਮ ਨੂੰ ਫਾਈਨਲ ਮੈਚ ਤੋਂ ਪਹਿਲਾਂ ਤਕਰੀਬਨ ਆਪਣੇ 100 ਭੰਗੜੇ ਵਾਲੇ ਜਿਹੜੇ ਹੈਗੇ ਆ ਵਲੰਟੀਅਰਸ, ਵਲੰਟੀਅਰ ਪਲੇਅਰ ਆ ਜਿਹੜੇ 100 ਭੰਗੜ 'ਚ ਹੀ ਉਹ ਭੰਗੜਾ ਪਾਉਣਗੇ। ਸੋ ਐਤਵਾਰ ਨੂੰ ਫਾਈਨਲ ਮੈਚ ਤੋਂ ਪਹਿਲਾਂ, ਅਤੇ ਉਹ ਵੀ ਬੜਾ ਪਹਿਲੇ ਸਾਲਾਂ ਦੇ ਵਿੱਚ ਵੀ ਆਪਣਾ ਕਾਫੀ ਭੰਗੜੇ ਵਾਲੇ ਇੱਥੇ ਆ ਕੇ ਪ੍ਰਦਰਸ਼ਨ ਕਰ ਚੁੱਕੇ ਆ, ਔਰ ਉਹ ਵੀ ਇੱਕ ਵਧੀਆ ਖਿੱਚ ਦਾ ਕੇਂਦਰ ਹੁੰਦਾ ਵੀ ਲਾਈਕ 100 ਭੰਗੜ ਜੀ ਦਾ ਇੱਕ ਫੀਲਡ ਦੇ ਵਿੱਚ ਭੰਗੜਾ ਪਾਉਣਾ। ਉਹ ਬਹੁਤ ਹੀ ਵਧੀਆ ਉਹਨਾਂ ਦੀ ਤਿਆਰੀ ਹੁੰਦੀ ਆ ਯੂਨੀਫਾਰਮ ਦੇ ਵਿੱਚ, ਅਤੇ ਚੰਗਾ ਜਿਹੜੀ ਪਰਫੋਰਮੈਂਸ ਦਿੰਦੇ ਆ ਉਹ ਸ਼ਾਨੇ ਪੰਜਾਬ ਵਾਲੇ, ਅਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਕੀ ਸਪੋਂਸਰ ਦਾ, ਸਾਰੇ ਵਲੰਟੀਅਰ ਦਾ ਸਾਰਿਆਂ ਦਾ ਧੰਨਵਾਦ। ਅਤੇ ਆਪਣਾ ਜਿਹੜਾ ਲੰਗਰ ਆ ਉਹ ਫਰਾਈਡੇ ਸ਼ਾਮ ਨੂੰ ਸ਼ੁਰੂ ਹੋ ਜਾਣਾ, ਅਤੇ ਸੈਚਰਡੇ ਸਾਰਾ ਦਿਨ ਚੱਲੂਗਾ, ਅਤੇ ਸੰਡੇ ਵੀ ਸਾਰਾ ਦਿਨ ਲੰਗਰ ਚੱਲੂਗਾ। ਸੋ ਇਸ ਕਰਕੇ ਵੀ ਤੁਸੀਂ ਕੋਈ ਵੀ ਏਜ ਗਰੁੱਪ ਦਾ ਬਜ਼ੁਰਗ ਆ, ਉਹਨਾਂ ਦੇ ਲਈ ਬੈਠਣ ਦੇ ਲਈ ਇੰਤਜ਼ਾਮ ਹੈਗਾ। ਅਤੇ ਜੇ ਮੀਂਹ ਵੀ ਹੋਇਆ ਆਪਣੇ ਟੈਂਟ ਲੱਗੇ ਹੋਣੇ ਆ, ਮੀਂਹ ਕਣੀ ਤੋਂ ਵੀ ਸਾਰਾ ਵੀ ਆਪਣਾ ਇੰਤਜ਼ਾਮ ਆ। ਸਟੇਡੀਅਮ ਦੇ ਵਿੱਚ ਕਵਰਡ ਸਟੇਡੀਅਮ ਆ, ਵੀ ਭਾਈਚਾਰੇ ਨੂੰ ਸੱਦਾ ਕਿ ਸਾਰੇ ਆਓ, ਅਤੇ ਸਾਡੀ ਜਿਹੜੇ ਅਸੀਂ ਟੂਰਨਾਮੈਂਟ ਹੋਸਟ ਕਰਦੇ ਹਾਂ ਸਾਡੀ ਵੀ ਹੌਸਲਾ ਅਫਜ਼ਾਈ ਕਰੋ। ਜਿਹੜੇ ਸਾਡੇ ਵਲੰਟੀਅਰਸ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਮਿਟੀ ਸਾਡੇ ਨਾਲ ਖੜ੍ਹੀ ਆ, ਔਰ ਐਜ਼ ਏ ਸਰੀ ਐਡਾ ਬੜਾ ਜਿਹੜਾ ਟੂਰਨਾਮੈਂਟ ਹੋਸਟ ਕਰਨਾ,
ਇਹ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਜਦੋਂ ਬਾਹਰੋਂ ਵੀ ਕੈਸਟਾਂ ਨੇ ਆਉਣਾ ਵੀ ਆਪਾਂ ਇੱਕ ਵਧੀਆ ਨਾਗਰਿਕ ਬਣ ਕੇ ਸਫਾਈ ਦਾ ਵੀ ਸਾਰਿਆਂ ਨੂੰ ਇਹ ਹੈ ਵੀ ਜੋ ਤੁਸੀਂ ਟੂਰਨਾਮੈਂਟ ਆਉਣਾ ਸਫਾਈ ਦਾ ਪੂਰਾ ਧਿਆਨ ਰੱਖਿਓ। ਅਤੇ ਮੇਰੇ ਨਾਲ ਸਾਡੇ ਕਮਲੀ ਭਾਅ ਜੀ ਨੇ ਪ੍ਰੈਜੀਡੈਂਟ ਨੇ ਸਾਡੇ ਕਲੱਬ ਦੇ, ਉਹ ਨਾਲ ਬੈਠਿਆ ਸੁੱਕੀ ਭਾਅ ਜੀ, ਇਹ ਸਾਡੇ ਬੁਲਾਰੇ ਨੇ ਕਲੱਬ ਤੋਂ ਜਿਹੜੇ ਹੈਗੇ ਆ। ਸੋ ਬਾਕੀ ਸਾਰੇ ਪ੍ਰਬੰਧਕ ਵਾਈਸ ਪ੍ਰੈਜੀਡੈਂਟ ਸਾਡੇ ਸੁਰਿੰਦਰ ਭਾਅ ਜੀ ਬੈਠੇ ਆ, ਬਾਕੀ ਹੋਰ ਸਾਡੇ ਸਾਰੇ ਵਲੰਟੀਅਰਸ, ਇਹਨਾਂ ਤੋਂ ਬਿਨਾਂ ਮਤਲਬ ਟੂਰਨਾਮੈਂਟ ਅਸੰਭਵ ਆ ਜਿਹੜੇ ਇਕੱਲੇ ਇਕੱਲੇ ਦਾ ਨਾਂ ਲੈਣਾ ਸ਼ੁਰੂ ਕਰਾਂਗੇ। ਮੈਂ ਸਾਰੇ ਇੰਨਾ ਮਿਹਨਤ ਕਰਦੇ ਆ, ਮੁੰਡੇ ਸਾਰਾ ਸਾਲ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਆ, ਔਰ ਅਸੀਂ ਇਹਨਾਂ ਤੋਂ ਬਿਨਾਂ ਮਤਲਬ ਕੋਈ ਵੀ ਜਿਹੜੀ ਚੀਜ਼ ਆ ਇੱਕ ਬੰਦਾ ਨਹੀਂ ਕਰ ਸਕਦਾ। ਇਹ ਜਿਹੜੀ ਅੱਜ ਟੀਮ ਆ ਜਿਹੜਾ ਬੀਸੀ ਟੈਕ ਜਿਹੜਾ ਟੂਰਨਾਮੈਂਟ ਕਰਦਾ 200 ਟੀਮ ਦਾ, ਔਰ ਵਲੰਟੀਅਰ ਆ, ਮਤਲਬ ਮੇਨ ਗੱਲ ਇਹ ਹੈ ਵੀ ਸਾਡੇ ਸਾਰੇ ਇਹ ਬੰਦੇ ਵਲੰਟੀਅਰ ਆ। ਇਹਦੇ ਵਿੱਚ ਕੋਈ ਵੀ ਇੱਦਾਂ ਨਹੀਂ ਕਿਸੇ ਨੂੰ ਪੈਸੇ ਦਾ ਲਾਲਚ ਦੇ ਨਹੀਂ ਕਰਦੇ ਕੁਛ ਵੀ, ਇਹ ਸਾਰਾ ਜਿਹੜਾ ਮਨੀ ਆ ਸਾਰੀ ਬੱਚਿਆਂ 'ਤੇ ਲੱਗਦੀ ਆ, ਸਾਡੀਆਂ ਅਡਲਟ ਟੀਮਾਂ ਵੱਲ ਨੂੰ ਜਾਂਦੀ ਆ। ਐਂਡ ਆਫ ਦਾ ਡੇ ਸਪੋਰਟਸ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਅਤੇ ਸਪੋਰਟਸ ਦੇ ਨਾਲ ਹੀ ਜਿਹੜੇ ਸਾਰੇ ਸਪੋਰਟਸ ਦੇ ਪ੍ਰੇਮੀ ਆ ਉਹੀ ਅੱਜ ਇੱਥੇ ਆਏ ਨੇ ਸਾਨੂੰ ਸਾਂਝਾ ਟੀ ਵੀ ਵਾਲੇ ਨੇ, ਉਹ ਗੋਲਡੀ ਭਾਅ ਜੀ ਹੁਣੀ ਦੂਸਰੇ ਟੀ ਵੀ ਤੋਂ ਹੈਗੇ ਪੰਜਾਬੀ ਸਪੋਰਟਸ ਵਾਲੇ, ਸਾਨੂੰ ਸਾਰੇ ਸਪੋਰਟ ਕਰਦੇ ਆ, ਔਰ ਅਸੀਂ ਵੀ ਸਾਰਿਆਂ ਧੰਨਵਾਦ ਕਰਦੇ ਹਾਂ, ਜਿਹੜਾ ਸਾਰਾ ਹੋਲ ਮੀਡੀਆ ਆਪਣਾ ਭਾਈਚਾਰਾ, ਅਸੀਂ ਸਾਰਿਆਂ ਧੰਨਵਾਦ ਕਰਦੇ ਹਾਂ ਜੀ। ਅਤੇ ਬਾਕੀ ਸੁੱਕੀ ਭਾਅ ਜੀ ਨੇ ਕੁਛ ਸ਼ਬਦ ਕਹਿਣੇ ਆ, ਉਹ ਆਪਣੇ ਨੈਕਸਟ ਜਿਹੜਾ ਹੈਗਾ ਸੁੱਕੀ ਭਾਅ ਜੀ ਵੀ ਜਿਹੜਾ ਕੋਈ ਜੇ ਕੋਈ ਚੀਜ਼ ਮਿਸ ਕਰ ਗਿਆ ਉਹ ਬੋਲ ਸਕਦੇ ਜੀ। ਨਹੀਂ, ਜਿਸ ਤਰ੍ਹਾਂ ਸਾਡੇ ਕਲੱਬ ਦੇ ਪ੍ਰੈਜੀਡੈਂਟ ਰਜਿੰਦਰਪਾਲ ਸਿੰਘ ਮਾਂਗਟ ਹੋਣੀ ਆਲਮੋਸਟ ਸਾਰਾ ਕੁਛ ਕਵਰ ਕਰ ਦਿੱਤਾ ਹੈਗਾ। ਮੈਂ ਇੱਕ ਦੋ ਗੱਲਾਂ ਕਹਿਣੀਆਂ ਚਾਹੂੰਗਾ ਕਿ ਜਿਹੜੀਆਂ ਕਿ ਜਿਸ ਤਰ੍ਹਾਂ ਆਲਰੇਡੀ ਲੀਗ ਚੱਲ ਰਹੀ ਹੈ, ਟੂਰਨਾਮੈਂਟ ਚੱਲ ਰਿਹਾ ਸਮਰ ਦੇ, ਅਤੇ ਜਿਸ ਤਰ੍ਹਾਂ USSL ਲੀਗ ਚੱਲ ਰਹੀ ਹੈਗੀ ਬੱਚਿਆਂ ਦੀ, ਪਹਿਲਾਂ ਕਸਕੇਡੀਆ ਲੀਗ ਸੀ ਆਲਰੇਡੀ ਫਿਨਿਸ਼ ਹੋ ਚੁੱਕੀ ਆ। ਸੋ ਮੈਂ ਤਾਂ ਸਿਰਫ ਪੇਰੈਂਟਸ ਨੂੰ ਇੱਕ ਬੇਨਤੀ ਕਰਨੀ ਚਾਹੂੰਗਾ ਕਿ ਜਿਹੜਾ ਵਿੰਟਰ ਦਾ ਸੀਜ਼ਨ ਆ ਰਿਹਾ ਹੈਗਾ, ਜਿਹੜਾ ਕਿ ਸਤੰਬਰ ਅਗਸਤ ਵਿੱਚ ਆਪਣੇ ਮਿਡਲ ਤੋਂ ਸਟਾਰਟ ਹੋ ਜਾਂਦਾ ਹੈਗਾ, ਸਤੰਬਰ ਦੇ ਵਿੱਚ ਗੇਮਾਂ ਸ਼ੁਰੂ ਹੋ ਜਾਂਦੀਆਂ, ਪਰ ਕੋਚ ਜਿਹੜੀ ਪ੍ਰੈਕਟਿਸ ਉਹ ਅਗਸਤ ਦੇ ਮਿਡਲ ਤੋਂ ਸ਼ੁਰੂ ਕਰ ਦਿੰਦੇ ਆ। ਮੈਂ ਸਾਰੇ ਪੇਰੈਂਟਸ ਨੂੰ ਇਹ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਵਿੰਟਰ ਸੀਜ਼ਨ ਦੇ ਵਿੱਚ ਰਜਿਸਟ੍ਰੇਸ਼ਨ ਕਰਾਓ, ਜਿਹਦੀ ਕਿ ਡੈਡਲਾਈਨ 23 ਜੂਨ ਹੈਗੀ ਆ। ਸੋ ਪਲੀਜ਼ ਤੁਸੀਂ 23 ਜੂਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਕਲੱਬ ਦੇ ਵਿੱਚ ਰਜਿਸਟ੍ਰੇਸ਼ਨ ਵਿੰਟਰ ਸੀਜ਼ਨ ਦੇ ਲਈ ਕਰਾਓ। ਅਤੇ ਜਿਸ ਤਰ੍ਹਾਂ ਇਸ ਇੱਕ ਹੋਰ ਵੀ ਜਿਹੜੀ ਵਿਲੱਖਣਤਾ ਹੈਗੀ ਆ, BC Tiger ਫੁੱਟਬਾਲ ਕਲੱਬ ਇੱਕ ਉਹ ਕਲੱਬ ਹੈਗਾ ਨੌਰਥ ਅਮਰੀਕਾ ਦਾ, ਜਿਹੜਾ ਕਿ ਪਹਿਲਾ ਕਲੱਬ ਹੈਗਾ ਜਿਸ ਨੇ ਸੈਲਟਿਕ ਫੁੱਟਬਾਲ ਕਲੱਬ ਦੇ ਨਾਲ ਪਾਰਟਨਰਸ਼ਿਪ ਕੀਤੀ ਹੈਗੀ, 3 ਈਅਰਸ ਦਾ ਐਗਰੀਮੈਂਟ ਹੋਇਆ ਹੈਗਾ। ਜਿਸ ਤਰ੍ਹਾਂ ਕਿ ਅਸੀਂ ਪਿਛਲੇ ਸਾਲ ਵੀ ਸੈਲਟਿਕ ਤੋਂ ਇੱਕ ਕੈਂਪ ਰਨ ਕੀਤਾ ਸੀਗਾ, ਜਿਹੜੇ ਸੈਲਟਿਕ ਪ੍ਰੋਫੈਸ਼ਨਲ ਕਲੱਬ ਉੱਥੋਂ ਕੋਚ ਆਏ ਸੀਗੇ, ਉਹਨਾਂ ਨੇ 1 ਵੀਕ ਦਾ ਕੈਂਪ ਨਿਊਟਨ ਅਥਲੈਟਿਕ ਪਾਰਕ ਦੇ ਵਿੱਚ ਰਨ ਕੀਤਾ ਸੀਗਾ। ਇਸ ਵਾਰ ਵੀ ਅਸੀਂ ਜਿਹੜਾ ਉਹ ਸੈਲਟਿਕ ਤੋਂ ਪ੍ਰੋਫੈਸ਼ਨਲ ਕੋਚ ਆ ਰਹੇ ਹੈਗੇ ਆ। ਸੋ ਜਿਹੜਾ ਕਿ ਕੈਂਪ ਸਾਡਾ 12 ਅਗਸਤ ਤੋਂ ਲੈ ਕੇ 1 ਵੀਕ ਦਾ ਚੱਲਣਾ ਹੈਗਾ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਸਾਂਝਾ ਟੀਵੀ ਦੇ ਮਾਧਿਅਮ ਰਾਹੀਂ ਕਿ ਤੁਸੀਂ ਪਲੀਜ਼ ਆਪਣੇ ਬੱਚਿਆਂ ਨੂੰ, ਡਜ਼ਨਟ ਮੈਟਰ ਕਿ ਤੁਹਾਡੇ ਬੱਚੇ ਕਿਸ ਵੀ ਕਲੱਬ ਵਿੱਚ ਖੇਡ ਰਹੇ ਹੈਗੇ ਆ, ਤੁਸੀਂ ਆਪਣੇ ਬੱਚਿਆਂ ਨੂੰ BC Tiger ਫੁੱਟਬਾਲ ਕਲੱਬ ਦੇ ਵਿੱਚ ਜਿਹੜਾ ਸੈਲਟਿਕ ਦਾ ਕੈਂਪ ਲੱਗ ਰਿਹਾ ਹੈਗਾ ਉਸ ਦੇ ਵਿੱਚ ਰਜਿਸਟ੍ਰੇਸ਼ਨ ਕਰਾਓ। ਸੋ ਜਿਸ ਤਰ੍ਹਾਂ ਕਿ ਸਾਡੀ ਸਾਰੀ ਮੈਨੇਜਮੈਂਟ ਨੇ ਫੈਸਲਾ ਕੀਤਾ ਸੀਗਾ ਕਿ ਜੇ ਕਿਸੇ ਦੇ 2 ਬੱਚੇ ਹੈਗੇ ਆ ਤਾਂ ਦੂਸਰੇ ਬੱਚੇ ਜਿਹੜੀ ਫੀਸ ਹੈ ਉਹ 50% ਔਫ ਹੈਗੀ ਆ। ਸੋ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਸਾਰਾ ਇਨਫੋਰਮੇਸ਼ਨ ਲੈ ਸਕਦੇ ਹੈ, ਕਿਉਂਕਿ ਇੱਕ ਪਾਥਵੇ ਬਣਾਇਆ ਹੈਗਾ BC Tiger ਨੇ ਸੈਲਟਿਕ ਫੁੱਟਬਾਲ ਕਲੱਬ ਦੇ ਨਾਲ, ਕਿਉਂਕਿ ਜਿਸ ਤਰ੍ਹਾਂ ਯੂਰਪ ਦਾ ਇੱਕ ਉਹ ਪ੍ਰੋਫੈਸ਼ਨਲ ਕਲੱਬ ਹੈਗਾ ਕਿ ਜਿਹੜੇ ਸਾਡੇ ਬੱਚੇ ਹੈਗੇ ਉਹਨਾਂ ਨੂੰ ਪ੍ਰੋਫੈਸ਼ਨਲ ਪਲੇਅਰ ਬਣਨ ਲਈ ਜਿਹੜੇ ਉੱਥੋਂ ਪ੍ਰੋਫੈਸ਼ਨਲ ਕੋਚ ਆਉਂਦੇ ਹੈਗੇ ਆ ਉਹਨਾਂ ਨੂੰ ਦੇਖਣ ਆ ਕੇ ਉਹਨਾਂ ਦੇ ਨਿਗਾਹ ਵਿੱਚ ਬੱਚੇ ਆਉਣ, ਤਾਂ ਕਿ ਉਹਨਾਂ ਨੂੰ ਉੱਥੇ ਇਨਵਾਈਟ ਕਰਨ, ਫਿਰ ਉਹ ਜਾ ਕੇ ਹੋਰ ਵੀ ਜ਼ਿਆਦਾ ਵਧੀਆ ਕੋਚਾਂ ਦੀ ਨਿਗਰਾਨੀ ਕਰੇ, ਟ੍ਰੇਨਿੰਗ ਲੈ ਕੇ ਆਪਣੇ ਆਪ ਨੂੰ ਇੱਕ ਪ੍ਰੋਫੈਸ਼ਨਲ ਪਲੇਅਰ ਸਥਾਪਿਤ ਕਰ ਸਕਣ। ਸੋ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੂੰਗਾ। ਬਾਕੀ ਜਿਸ ਤਰ੍ਹਾਂ ਅਜਿੰਦਰਪਾਲ ਸਿੰਘ ਮਾਂਗਟ ਹੋਣੀ ਪਹਿਲਾਂ ਮੈਂਸ਼ਨ ਕੀਤਾ ਕਿ ਇਹ ਜਿਹੜਾ ਟੂਰਨਾਮੈਂਟ ਹੈਗਾ ਅਸੀਂ ਤਾਂ ਸਿਰਫ ਇਸ ਨੂੰ ਇੱਕ ਕਹਿ ਲਓ ਕਿ ਹੋਸਟ ਕਰ ਰਹੇ ਹੈਗੇ ਹਾਂ, ਜਦ ਤੱਕ ਤੁਸੀਂ ਆ ਕੇ ਇਸ ਵਿੱਚ ਇਨਵੋਲਵਮੈਂਟ ਨਹੀਂ ਕਰਦੇ, ਤੁਸੀਂ ਆਪਣੇ ਪਰਿਵਾਰ ਦੇ ਨਾਲ ਨਹੀਂ ਆਉਂਦੇ ਹੈਗੇ, ਤਦ ਤੱਕ ਉਹ ਸਕਸੈਸ ਨਹੀਂ ਹੋ ਸਕਦਾ, ਕਿਉਂਕਿ ਤੁਹਾਡੀ ਆਉਣ ਤੋਂ ਬਿਨਾਂ ਅਸੀਂ ਇਸ ਨੂੰ ਕਾਮਯਾਬ ਨਹੀਂ ਕਰ ਸਕਦੇ। ਸੋ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ
ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਆ ਕੇ ਦੇਖੋ, ਜੇਕਰ ਤਾਂ ਜਿਹੜੇ ਤਾਂ ਪਹਿਲਾਂ ਆਉਂਦੇ ਹੈਗੇ ਉਹਨਾਂ ਨੂੰ ਪਤਾ ਹੈਗਾ ਮਾਹੌਲ ਕਿਸ ਤਰ੍ਹਾਂ ਹੁੰਦਾ ਹੈਗਾ, ਇੱਕ ਫੈਮਿਲੀ ਇਵੈਂਟ ਹੁੰਦਾ ਹੈਗਾ। ਜਿਹੜੇ ਨਹੀਂ ਆਏ ਹੈਗੇ ਉਹਨਾਂ ਨੂੰ ਰਿਕੁਐਸਟ ਹੈ ਤੁਸੀਂ ਇੱਕ ਵਾਰੀ ਆ ਕੇ 28, 29, 30 ਜੂਨ ਨੂੰ ਆ ਕੇ ਇਸ ਟੂਰਨਾਮੈਂਟ ਵਿੱਚ ਸ਼ਮੂਲੀਅਤ ਕਰੋ, ਆਪਣੇ ਬੱਚਿਆਂ ਦੇ ਨਾਲ ਆਓ, ਆਪਣੇ ਪਰਿਵਾਰ ਦੇ ਨਾਲ ਆਓ, ਇੰਜੋਇਮੈਂਟ ਕਰੋ, ਕਿਉਂਕਿ 3 ਦਿਨ ਫੂਡ ਜਿਹੜਾ ਹੈਗਾ ਉਹ ਹਮੇਸ਼ਾ ਦੀ ਤਰ੍ਹਾਂ ਕਿ ਹਰੇਕ ਸਾਲ ਦੀ ਤਰ੍ਹਾਂ ਸਾਡੇ ਗੁਰੂ ਘਰ ਸਰੀ ਗੁਰੂ ਘਰ ਅਤੇ ਆਪਣੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਾਨੂੰ ਉਹ 2 ਦਿਨ ਫੂਡ ਉੱਥੋਂ ਬਿਲਕੁਲ ਫ੍ਰੀ ਆਉਂਦਾ ਹੈਗਾ ਉਹ ਸੇਵਾ ਕਰਦੇ ਸੰਗਤ ਦੀ। ਤੋ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਹਰੇਕ ਸਾਲ ਸਾਡੀ ਫੂਡ ਦੇ ਵਿੱਚ ਕਹਿ ਲਓ ਕਿ ਸਾਡੀ ਹੈਲਪ ਕਰਦੇ ਹੈਗੇ ਆ। ਸੋ ਇੰਨਾ ਕਹਿੰਦਾ ਹੋਇਆ ਮੈਂ ਇੱਕ ਵਾਰੀ ਫਿਰ ਬੇਨਤੀ ਕਰੂੰਗਾ ਕਿ ਪਲੀਜ਼ ਤੁਸੀਂ ਇਸ ਟੂਰਨਾਮੈਂਟ ਨੂੰ ਆ ਕੇ ਇਹਦੀਆਂ ਰੌਣਕਾਂ ਨੂੰ ਵਧਾਓ, ਆ ਕੇ ਫਾਈਨਲ ਮੈਚ ਦੇਖੋ ਜਿਸ ਦੇ ਵਿੱਚ ਬਹੁਤ ਹੀ ਆਲਾ ਦਰਜੇ ਦੇ ਪਲੇਅਰ ਕਹਿ ਲਓ ਖੇਡ ਰਹੇ ਹੈਗੇ ਜਿਹੜੇ ਪ੍ਰੈਮ ਲੈਵਲ ਦੇ ਹੈਗੇ ਆ। ਸੋ ਜਿਸ ਤਰ੍ਹਾਂ ਟੀਮਾਂ ਬਾਹਰੋਂ ਵੀ ਆ ਰਹੀਆਂ ਟੋਰਾਂਟੋ, ਐਡਮਿੰਟਨ ਅਤੇ ਕੈਲਗਰੀ ਤੋਂ, ਸੋ ਤੁਸੀਂ ਆ ਕੇ ਇਹਨਾਂ ਟੂਰਨਾਮੈਂਟਾਂ ਦਾ ਇੰਜੋਏ ਕਰੋ ਅਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ ਹੈਲਪ ਵੀ ਕਰੋ। ਸੋ ਇੱਕੋ ਹੀ ਬੇਨਤੀ ਕਰੂੰਗਾ ਕਿ ਪਲੀਜ਼ ਆਪਾਂ ਜਿਹੜੇ ਫੀਲਡ ਹੈਗੇ ਉਹਨਾਂ ਨੂੰ ਕਲੀਨ ਰੱਖਣਾ ਹੈਗਾ, ਇਹ ਸਾਡੀ ਆਪਣੀ ਸਾਰਿਆਂ ਦੀ ਰਿਸਪੋਂਸਿਬਿਲਟੀ ਬਣਦੀ ਆ ਕਿ ਜੇਕਰ ਆਪੋ ਆਪਣਾ ਗਰਵ ਚੁੱਕ ਕੇ ਵੀ ਪ੍ਰੋਪਰ ਜਗ੍ਹਾ 'ਤੇ ਰੱਖ ਦਈਏ ਤਾਂ ਫੀਲਡ ਉਸ ਦੇ ਨਾਲ ਕਲੀਅਰ ਰਹਿੰਦੇ ਹੈਗੇ ਆ। ਸੋ ਪਲੀਜ਼ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਹੈ ਕਿ ਆ ਕੇ ਇਸ ਟੂਰਨਾਮੈਂਟ ਨੂੰ ਆਪਾਂ ਸਕਸੈਸ ਕਰੀਏ। ਅਤੇ ਸਾਨੂੰ ਵਲੰਟੀਅਰ ਦੀ ਵੀ ਲੋੜ ਹੈਗੀ ਹੈ, ਜੇ ਕੋਈ ਵੀ ਬੰਦਾ ਵਲੰਟੀਅਰ ਕਰਨਾ ਚਾਹੁੰਦਾ, ਕੋਈ ਸਾਡੀ ਭੈਣ ਕੋਈ ਭਰਾ ਸਾਡਾ ਵਲੰਟੀਅਰ ਕਰਨਾ ਚਾਹੁੰਦਾ, ਉਹ ਆ ਕੇ ਬੀ ਸੀ ਟੈਕ ਦੀ ਵੈਬਸਾਈਟ 'ਤੇ ਜਾ ਕੇ ਜਾਂ ਸਾਡੇ ਆਫਿਸ ਵਿੱਚ ਫੋਨ ਕਰਕੇ ਆਪਣਾ ਨਾਂ ਦੇ ਸਕਦੇ ਆ। ਸਾਡੇ ਨਾਲ ਤੁਸੀਂ ਕਿਸੇ ਵੀ ਟਾਈਮ ਆ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਸੇਵਾ ਕਰਨਾ ਚਾਹੁੰਦੇ ਕਰ ਸਕਦੇ ਆ। ਸੋ ਮੈਂ ਫਿਰ ਆਖਰ ਦੇ ਵਿੱਚ ਸਾਂਝਾ ਟੀਵੀ ਦਾ ਅਤੇ ਟੀਮ ਪੰਜਾਬੀ ਦਾ ਦੋਨਾਂ ਦਾ ਧੰਨਵਾਦ ਕਰਦਾ ਕਿ ਦੋਨੇ ਮੀਡੀਆ ਇੱਥੇ ਆਏ ਹੋਏ ਹੈਗੇ ਆ। ਸੋ ਇਹਨਾਂ ਦੀ ਬਦੌਲਤ ਇਹ ਜਿਹੜਾ ਮੈਸੇਜ ਤੁਹਾਡੇ ਤੱਕ ਜਾਊਗਾ, ਕਨਵੇ ਹੋਊਗਾ, ਤਾਂ ਹੋਰ ਵੀ ਇਸ ਸਾਲ ਸਾਨੂੰ ਉਮੀਦ ਹੈਗੀ ਆ ਕਿ ਹੋਰ ਵੀ ਭਰਮਾ ਹੁੰਗਾਰਾ ਮਿਲੂਗਾ। ਅਤੇ ਜਿਸ ਤਰ੍ਹਾਂ ਸਾਡੇ ਟੀਮ ਪੰਜਾਬੀ ਵਾਲੇ ਉਹ 3 ਦਿਨ ਲਾਈਵ ਕਰ ਰਹੇ ਹੈਗੇ ਆ ਯੂਟਿਊਬ 'ਤੇ, ਅਤੇ ਸਾਡੇ ਜਿਹੜੇ ਸਾਂਝਾ ਟੀਵੀ ਦਾ ਚੈਨਲ ਹੈਗਾ ਉਹ ਸਾਨੂੰ ਸੰਡੇ ਪੂਰਾ ਦਿਨ ਇਹਨਾਂ ਮੈਚਾਂ ਨੂੰ ਰਿਕਵਰੀ ਕਰਕੇ ਤੁਹਾਨੂੰ ਘਰ ਬੈਠਿਆਂ ਨੂੰ ਵੀ ਫੀਡ ਕਰੂਗੇ। ਪਰ ਜੇਕਰ ਤੁਸੀਂ ਸਰੀ ਦੇ ਏਰੀਏ ਵਿੱਚ ਹੈਗੇ ਆ ਤਾਂ ਤੁਸੀਂ ਫੀਲਡਾਂ ਵਿੱਚ ਆ ਕੇ ਇੰਜੋਏ ਕਰੋ, ਅਤੇ ਜੇ ਤੁਸੀਂ ਸਰੀ ਤੋਂ ਬਾਹਰ ਹੈਗੇ ਆ ਤਾਂ ਪਲੀਜ਼ ਤੁਸੀਂ ਆਪਣੇ ਟੀਵੀ ਸੈੱਟ 'ਤੇ ਬੈਠ ਕੇ ਆਪਣੇ ਘਰ ਸੋਫੇ 'ਤੇ ਬੈਠ ਕੇ ਵੀ ਇਹਨਾਂ ਟੂਰਨਾਮੈਂਟਾਂ ਦਾ ਇਹਨਾਂ ਗੇਮਾਂ ਦਾ ਆਨੰਦ ਮਾਣ ਸਕਦੇ ਆ। ਇੱਕ ਵਾਰ ਫਿਰ ਮੀਡੀਆ ਗਰੁੱਪ ਦਾ ਤਹਿ ਦਿਲ ਤੋਂ ਧੰਨਵਾਦ। ਹਾਂਜੀ, ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੁੰਦਾ ਸੀ, ਜਿੱਦਾਂ ਸੁੱਖੀ ਭਾਈ ਨੇ ਮੈਂਸ਼ਨ ਕੀਤਾ ਸਾਂਝਾ ਟੀਵੀ ਵਾਲਿਆਂ ਨੇ ਐਤਵਾਰ ਨੂੰ ਬ੍ਰੌਡਕਾਸਟ ਕਰਨਾ ਲਾਈਵ, ਸੋ 9 ਵਜੇ ਤੋਂ ਲੈ ਕੇ ਇਹਨਾਂ ਨੇ ਸ਼ੁਰੂ ਕਰਨਾ, ਅਤੇ ਨਾਲ ਜਿਹੜੇ ਟੀਮ ਪੰਜਾਬੀ ਵਾਲੇ ਹੈਗੇ ਆ ਗੋਲਡੀ ਭਾਈ ਹੋਣੀ, ਉਹਨਾਂ 3 ਦਿਨ ਕਰਨਾ ਯੂਟਿਊਬ ਦੇ ਉੱਤੇ, ਅਤੇ ਤੁਸੀਂ ਯੂਟਿਊਬ ਦੇ ਉੱਤੇ ਕਿਤੇ ਵੀ ਬੈਠੇ ਹੋ 3 ਦਿਨ ਦੇਖ ਸਕਦੇ ਹੋ ਜਿਹੜੇ ਟੂਰਨਾਮੈਂਟ ਆ। ਸੋ ਤੁਹਾਨੂੰ ਜਿਹੜਾ ਲਿੰਕ ਆ ਉਹ ਜੇ ਤੁਹਾਨੂੰ ਲੋੜ ਆ ਆਪਾਂ ਆਲਰੇਡੀ ਮੈਸੇਜ ਭੇਜ ਦਿੱਤੇ ਸਾਰੀਆਂ ਟੀਮਾਂ ਨੂੰ, ਪਰ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਵੀ ਭੇਜ ਦਾਂਗੇ, ਅਤੇ ਸਾਂਝਾ ਟੀਵੀ ਨੂੰ ਵੀ ਤੁਸੀਂ ਔਨ ਕਰਕੇ ਐਤਵਾਰ ਨੂੰ ਉਹ ਦੇਖ ਸਕਦੇ ਹੋ। ਇਹਦੇ ਵਿੱਚ ਮੈਂ ਮੈਂਸ਼ਨ ਕਰਨਾ ਚਾਹੁੰਦਾ ਜਿਹੜਾ ਏਜ ਗਰੁੱਪ ਆ ਇੱਥੇ 5 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਯੂਥ ਦੀਆਂ ਟੀਮਾਂ ਨੇ ਖੇਡਣਾ। ਸੋ 5 ਸਾਲ ਤੋਂ 18 ਸਾਲ ਤੱਕ ਸਾਡੇ ਕੋਲ ਤਕਰੀਬਨ ਮੇਰੇ ਖਿਆਲ 150 ਦੇ ਨੇੜੇ ਟੀਮ ਪਾਰਟੀਸਪੇਟ ਕਰ ਰਹੀ ਆ, ਅਤੇ ਉਸ ਤੋਂ ਉੱਪਰ ਜਿਹੜਾ ਹੈਗਾ ਓਵਰ 38 ਅਤੇ ਓਵਰ 50 ਦੇ ਵੀ ਮੈਚ ਹੋਣੇ ਆ ਸਾਡੇ। ਤਾਂ ਪ੍ਰੀਮੀਅਰ ਡਿਵੀਜ਼ਨ ਵਿੱਚ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਸੀ, ਓਪਨ ਦੀ ਪ੍ਰੀਮੀਅਰ ਡਿਵੀਜ਼ਨ, ਗੋਲਡ ਡਿਵੀਜ਼ਨ ਅਤੇ ਸਿਲਵਰ ਡਿਵੀਜ਼ਨ, ਅਤੇ ਉਸੇ ਤਰ੍ਹਾਂ ਓਵਰ 38 ਅਤੇ ਓਵਰ 50 ਦੇ। ਸੋ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਸੋਕਰ ਦਾ ਜਿਹੜਾ ਲੈਵਲ ਆ ਵੀ 50 ਸਾਲ ਤੋਂ ਉੱਪਰ ਵਾਲਿਆਂ ਨੇ ਖੇਡਣਾ, ਅਤੇ ਹੋ ਸਕਦਾ ਅਸੀਂ ਕੋਈ ਐਗਜੀਬਿਸ਼ਨ ਮੈਚ ਓਵਰ 60 ਦਾ ਵੀ ਕਰਵਾਈਏ, ਅਤੇ ਇੱਥੇ ਇੱਕ ਐਗਜੀਬਿਸ਼ਨ ਮੈਚ ਹੋਰ ਵੀ ਹੋਣਾ ਜਿਹਦੇ ਵਿੱਚ ਆਪਣੇ ਬਿਲਕੁਲ ਟੋਟਲੀ ਪੂਰੇ ਗੁਰਸਿੱਖ ਮੁੰਡਿਆਂ ਨੇ ਖੇਡਣਾ ਹੈਗਾ, ਜੋ ਵੀ ਸਾਡਾ ਇੱਕ ਐਗਜੀਬਿਸ਼ਨ ਮੈਚ ਹੋਣਾ ਹੈਗਾ ਸੰਡੇ ਨੂੰ। ਸੋ ਉਹ ਇੱਕ ਬੜਾ ਲਾਈਕ ਜਿਹੜੇ ਆਪਣੇ ਪੂਰੀ ਗੁਰਸਿੱਖੀ ਸੂਪ ਦੇ ਵਿੱਚ ਰਹਿ ਕੇ ਸੋਕਰ ਨੂੰ ਖੇਡਦੇ ਨੇ, ਉਹਨਾਂ ਦਾ ਮੈਚ ਸਾਡਾ ਐਗਜੀਬਿਸ਼ਨ ਮੈਚ ਸੰਡੇ ਨੂੰ ਉਹ ਵੀ ਹੋ ਰਿਹਾ ਵਾ। ਸੋ ਸਾਨੂੰ ਇਹ ਆ ਵੀ ਤੁਸੀਂ ਦੇਖ ਸਕਦੇ ਹੋ ਸਾਡਾ ਐਜ ਏ ਭਾਈਚਾਰੇ ਤੌਰ 'ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਭਾਈਚਾਰੇ ਦੇ ਵਿੱਚ ਆਪਣੇ ਸੱਭਿਆਚਾਰ ਨੂੰ, ਆਪਣੀ ਸਿੱਖਿਜ਼ਮ ਨੂੰ, ਸਾਰੀ ਚੀਜ਼ਾਂ ਨੂੰ ਅਸੀਂ ਪ੍ਰਮੋਟ ਕਰੀਏ ਤਾਂ ਕਿ ਆਪਣਾ ਜਿਹੜਾ ਹੋਲ ਭਾਈਚਾਰਾ ਉਹ
ਆਪਣਾ ਗੁੱਡ ਸੰਦੇਸ਼ ਜਿਹੜੀ ਬਾਹਰਲੀਆਂ ਕਮਿਟੀਆਂ ਉੱਥੇ ਤੱਕ ਵੀ ਜਾ ਸਕੇ ਜਿੱਦਾਂ ਆਪਾਂ ਸ਼ਾਂਤੀ ਅਤੇ ਸਪੋਰਟਸ ਦਾ ਹੈਗਾ ਵਾ। ਸੋ ਉਵੇਂ ਸਾਡਾ ਸਾਰਿਆਂ ਨੂੰ ਸੱਦਾ ਵਾ ਵੀ ਤੁਸੀਂ ਆਓ, ਜਿੱਦਾਂ ਸੁੱਖੀ ਭਾਈ ਨੇ ਕਿਹਾ ਵਾ ਵੀ ਸਾਨੂੰ ਆ ਕੇ ਸਪੋਰਟ ਕਰੋ ਅਤੇ ਟੋਟਲੀ ਸਪੋਰਟਸ ਨੂੰ ਇਹ ਸਮਰਪਿਤ ਟੂਰਨਾਮੈਂਟ ਆ। ਅਤੇ ਸਾਰਿਆਂ ਧੰਨਵਾਦ ਜੀ। ਹਾਂਜੀ, ਪਾਰਕਿੰਗ ਦੇ ਲਈ ਇਹ ਹੈ ਵੀ ਇੱਥੇ ਪਾਰਕਿੰਗ ਦੇ ਲਈ ਆਪਾਂ ਸਾਹਮਣੇ ਐਫ ਡੀ ਸੈਂਕਲੀਅਰ ਜਿਹੜਾ ਸਕੂਲ ਹੈ ਉਹਦੀ ਪਾਰਕਿੰਗ ਵੀ ਆਪਣੇ ਲਈ ਖੁੱਲ੍ਹੀ ਆ। ਅਤੇ ਜਿਹੜਾ ਲੰਗਰ ਦਾ ਹੈਗਾ ਆਪਣੇ 3 ਦਿਨ ਲੰਗਰ ਚੱਲਣਾ, ਸੋ ਕਿਸੇ ਨੂੰ ਵੀ ਕੋਈ ਲੰਗਰ ਦਾ ਹੈਗਾ ਕੋਈ ਵੀ ਇੱਥੇ ਲੰਗਰ ਹੋਊਗਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਲੰਗਰ ਛੱਕ ਸਕਦੇ। ਕਿਸੇ ਨੇ ਵੀ ਆਉਣਾ ਕੋਈ ਬੱਚਿਆਂ ਨੂੰ ਲੈ ਕੇ ਆਉਣਾ, ਸੋ ਉਹਨਾਂ ਨੂੰ ਕਿਤੇ ਵਾਪਸ ਘਰ ਜਾਣ ਦੀ ਲੋੜ ਨਹੀਂ ਵੀ ਅਸੀਂ ਰੋਟੀ ਖਾਣ ਜਾਣਾ ਕਰੇ। ਸੋ ਲੰਗਰ 3 ਦਿਨ ਇੱਥੇ ਹੋਊਗਾ ਜੀ, ਫਰਾਈਡੇ ਸ਼ਾਮ ਨੂੰ 5:30 ਤੋਂ ਲੈ ਕੇ ਸੰਡੇ ਸ਼ਾਮ ਦੇ 5 ਵਜੇ ਤੱਕ। ਹਾਂਜੀ, ਇੱਥੇ ਲੰਗਰ ਟੁੱਟ ਵਰਤੂਗਾ। ਹਾਂਜੀ, ਜਦੋਂ ਮੈਂ ਪਹਿਲਾਂ ਮੈਂ ਜਿੱਦਾਂ ਪਹਿਲਾਂ ਮੈਂਸ਼ਨ ਕੀਤਾ ਸੀ ਵੀ ਸਾਡੇ ਟੈਂਟ ਵੀ ਕੋਈ ਮੀਂਹ ਗਣੀ ਦਾ ਕੁਛ ਵੀ ਨਾ ਸਟੇਡੀਅਮ ਹੈਗਾ, ਅਤੇ ਸਾਡੇ ਅਸੀਂ ਟੈਂਟ ਜਿਹੜੇ ਹੈਗੇ ਆ ਸਾਡੇ ਹਰੇਕ ਫੀਲਡ ਦੇ ਉੱਤੇ ਟੈਂਟ ਹੋਣਗੇ ਜੀ, ਅਤੇ ਸਾਡੇ ਆਪਣੇ ਅਸੀਂ ਟੈਂਟਾਂ ਦਾ ਇੰਤਜ਼ਾਮ ਕੀਤਾ ਹੋਇਆ। ਹਾਂਜੀ, ਓਕੇ, ਜੂਨ 28 ਸ਼ਾਮ ਨੂੰ ਸ਼ੁਰੂ ਹੋਣਾ ਇਹ ਟੂਰਨਾਮੈਂਟ, ਜੂਨ 28 ਨੂੰ ਸ਼ਾਮ ਨੂੰ 5:30 ਓਪਨਿੰਗ ਸੈਰਾਮਨੀ ਹੋਣੀ ਆ, 28, 29 ਫਰਾਈਡੇ, ਸੈਚਰਡੇ, ਸੰਡੇ 5:30 ਸ਼ਾਮ ਨੂੰ ਓਪਨਿੰਗ ਸੈਰਾਮਨੀ ਹੋਣੀ ਆ 28 ਨੂੰ, ਅਤੇ ਮੈਚ ਚੱਲਣੇ ਉਸ ਦਿਨ 5:30 ਨਾਲ ਹੀ ਓਪਨਿੰਗ ਸੈਰਾਮਨੀ ਆ, ਅਤੇ 9 ਵਜੇ ਤੱਕ ਰਾਤ ਨੂੰ ਮੈਚ ਚੱਲਣਗੇ, 10:30 ਤੱਕ ਉਸ ਦਿਨ 10:30 ਵਜੇ ਤੱਕ ਮੈਚ ਚੱਲਣੇ ਆ ਫਰਾਈਡੇ ਨੂੰ, ਅਤੇ ਸੈਚਰਡੇ ਨੂੰ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ ਮੈਚ ਚੱਲਣੇ ਆ, ਅਤੇ ਸੰਡੇ ਨੂੰ ਸਵੇਰੇ 9 ਵਜੇ ਤੋਂ ਮੈਚ ਸ਼ੁਰੂ ਹੋ ਕੇ ਸਾਡਾ ਜਿਹੜਾ ਫਾਈਨਲ ਮੈਚ ਆ ਸ਼ਾਮ ਨੂੰ 6 ਵਜੇ ਹੋਣਾ, ਅਤੇ ਉਹ ਤਕਰੀਬਨ 7:30-8 ਵਜੇ ਫਿਨਿਸ਼ ਹੋਊਗਾ ਜੀ। ਹਾਂਜੀ, ਸੋ ਇਹੀ ਹੈ ਵੀ ਜਿਹੜਾ ਇੱਥੇ, ਕਿਉਂਕਿ ਤੁਹਾਡਾ ਬਹੁਤ ਵਧੀਆ ਕੁਸ਼ਚਨ ਹੈ, ਇੱਥੇ ਸਪੈਸ਼ਲੀ ਇਹ ਟੂਰਨਾਮੈਂਟ ਇੱਕ ਮੇਲੇ ਤਰ੍ਹਾਂ ਹੋ ਜਾਂਦਾ, ਇੱਥੇ ਪਿਛਲੇ 2 ਸਾਲਾਂ ਦੇ ਵਿੱਚ ਬੱਚੇ ਵੀ ਗੁਆਚੇ ਆ, ਵੀ ਸਾਡੇ ਕੋਲ ਜੋ ਅਨਾਊਂਸਮੈਂਟ ਹੁੰਦੀ ਆ ਵੀ ਹਾਂ ਵੀ ਬੱਚਾ ਵੀ ਆ ਕਿਸਦਾ, ਸੋ ਉਹ ਪਲੀਜ਼ ਜਦੋਂ ਛੋਟੇ ਬੱਚੇ ਨਾਲ ਲੈ ਕਹਿੰਦੇ ਵੀ ਉਹਨੇ ਨਾਲ ਰੱਖਣ, ਕਿਉਂਕਿ ਆਪਣੇ ਨਾਲ ਰੱਖਣ। ਅਤੇ ਦੂਸਰਾ ਜਿੱਦਾਂ ਤੁਸੀਂ ਪਾਰਕਿੰਗ ਦੀ ਗੱਲ ਕੀਤੀ, ਪਾਰਕਿੰਗ ਦਾ ਹੈਗਾ, ਲੰਗਰ ਦਾ ਹੈਗਾ ਵਾ, ਸੋ ਇਹ ਹੈ ਵੀ ਆਪਣੇ ਬੱਚਿਆਂ ਨੂੰ ਛੋਟਿਆਂ ਨਾਲ ਲੈ ਕੇ ਜ਼ਰੂਰ ਦਿਖਾਓ ਸਪੋਰਟਸ, ਤਾਂ ਕਿ ਉਹਨਾਂ ਨੂੰ ਹੋਵੇ ਵੀ ਅਸੀਂ ਵੀ ਸਪੋਰਟਸ ਖੇਡਣੀ ਆ। ਜਿਹੜੇ ਬੱਚੇ ਸਪੋਰਟਸ ਨਾਲ ਨਹੀਂ ਜੁੜੇ, ਆਪਣਾ ਐਂਡ ਆਫ ਦਾ ਡੇ ਟੂਰਨਾਮੈਂਟ ਦਾ ਜਿਹੜਾ ਪਰਪਸ ਹੁੰਦਾ ਇਹੀ ਹੁੰਦਾ, ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ, ਅਤੇ ਗਲਤ ਜਿਹੜੀਆਂ ਚੀਜ਼ਾਂ ਨੇ ਸਮਾਜ ਦੇ ਵਿੱਚ ਵਿਚਰੀਆਂ ਹੋਈਆਂ, ਨਸ਼ੇ ਜਾਂ ਗੈਂਗਸ, ਉਹਨਾਂ ਤੋਂ ਦੂਰ ਰੱਖਣਾ। ਸੋ ਉਸ ਟੂਰਨਾਮੈਂਟ ਦਾ ਸਾਡਾ ਜਿਹੜਾ ਹੋਲ, ਸਾਡਾ ਜਿਹੜਾ ਬੀਸੀ ਟੈਗਰ ਦਾ ਜਿਹੜਾ ਹੋਲ, ਸਾਡੇ ਵਲੰਟੀਅਰਸ ਨੇ, ਸਾਰਿਆਂ ਦਾ ਮਕਸਦ ਇਹ ਬੱਚਿਆਂ ਨੂੰ ਉਸ ਚੀਜ਼ ਤੋਂ ਦੂਰ ਰੱਖਣਾ, ਅਤੇ ਪੇਰੈਂਟਸ ਨੂੰ ਤਾਂ ਹੀ ਉਹ ਰੱਖ ਸਕਣਗੇ ਜੇ ਬੱਚਿਆਂ ਨੂੰ ਉਹ ਮੋਟੀਵੇਟ ਕਰਨਗੇ। ਮੋਟੀਵੇਟ ਉਹ ਟੂਰਨਾਮੈਂਟਾਂ ਤੋਂ ਹੀ ਲਿਆ ਕੇ, ਜਦੋਂ ਛੋਟੇ ਬੱਚੇ ਮੈਡਲ ਜਿੱਤਦੇ ਆ, ਘਰ ਜਾ ਕੇ ਦੱਸਦੇ ਆ, ਕਜ਼ਨ ਨੂੰ ਦੱਸਦੇ ਵੀ ਅਸੀਂ ਮੈਡਲ ਜਿੱਤ ਕੇ ਆਏ ਹਾਂ, ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਵੀ ਗਾਂਹ ਨੂੰ ਟੂਰਨਾਮੈਂਟ ਖੇਡੀਏ ਜਾਂ ਕਿੱਦਾਂ। ਸੋ ਜੇ ਉਹ ਛੋਟੇ ਬੱਚਿਆਂ ਨਾਲ ਲੈ ਕੇ ਇੱਥੇ ਆਉਣਗੇ, ਉਹਨਾਂ ਨੂੰ ਵੀ ਹੋਊਗਾ ਵੀ ਅਸੀਂ ਵੀ ਇੰਨਾ ਪਾਰਟੀਸਪੇਟ ਕਰਨਾ, ਇੱਥੇ ਮੈਡਲ ਮਿਲਦੇ ਬੱਚਿਆਂ ਨੂੰ, ਕਿਉਂਕਿ 12 ਸਾਲ ਤੱਕ ਅਸੀਂ ਸਾਰਿਆਂ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਉਹਨਾਂ ਨੂੰ ਮੈਡਲ ਦੇ ਰਹੇ ਹਾਂ, ਤਾਂ ਕਿ ਉਹ ਸਪੋਰਟਸ ਨਾਲ ਜੁੜੇ ਰਹਿਣ, ਔਰ ਮਤਲਬ ਇਹ ਜਿਹੜੀਆਂ ਮਾੜੀਆਂ ਸਮਾਜ ਦੇ ਵਿੱਚ ਵਿਚਰੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਤੋਂ ਦੂਰ ਰਹਿਣ। ਅਤੇ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ, ਜਿੱਦਾਂ ਤੁਸੀਂ ਪੁੱਛਿਆ ਕਿ ਪਾਰਕਿੰਗ ਬਾਰੇ, ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪਾਰਕਿੰਗ ਜਿੱਥੇ ਵੀ ਸਪੋਟ ਹੈਗਾ, ਜਿੱਦਾਂ ਪਾਰਕਿੰਗ ਜਿੱਥੇ ਲਾ ਸਕਦੇ ਹਾਂ, ਪਲੀਜ਼ ਉੱਥੇ ਆਪਣੀਆਂ ਕਾਰਾਂ ਨੂੰ ਪਾਰਕ ਕਰਿਓ, ਕਿ ਜਾਂ ਕਿ ਕਿਸੇ ਦੀ ਵੀ ਆਪਾਂ ਗੱਡੀ ਬਲੋਕ ਨਾ ਕਰੀਏ, ਕਿ ਆਪਾਂ ਕਿਸੇ ਦੀ ਗੱਡੀ ਮੂਹਰੇ ਲਾ ਕੇ ਕਾਰ ਚੱਲੀਏ ਤਾਂ ਫਿਰ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਆ। ਜਾਂ ਜਿਸ ਤਰ੍ਹਾਂ ਕਿ ਪਾਰਕਿੰਗ ਲੋਟ ਦੇ ਵਿੱਚ ਜਿੱਦਾਂ ਸਿਕਿਉਰਿਟੀ ਵਾਲੇ ਵੀ ਹੋਣਗੇ, ਪਲੀਜ਼ ਆਪਾਂ ਉਹ ਜਿਸ ਤਰ੍ਹਾਂ ਵੀ ਡਾਇਰੈਕਸ਼ਨ ਦੇਣਗੇ ਪਾਰਕਿੰਗ ਲਾਉਣ ਲਈ, ਆਪਾਂ ਉਹਨਾਂ ਨੂੰ ਫੋਲੋ ਕਰੀਏ, ਨਾ ਕਿ ਆਪਾਂ ਕਈ ਵਾਰੀ ਹੁੰਦਾ ਕਿ ਆਪਾਂ ਨੂੰ ਕਾਹਲੀ ਹੁੰਦੀ, ਹਰੇਕ ਨੂੰ ਕਾਹਲੀ ਹੁੰਦੀ ਹੈਗੀ। ਥੋੜ੍ਹਾ ਜਿਹਾ ਮੈਂ ਇੱਕ ਬੇਨਤੀ ਕਰੂੰਗਾ ਕਿ ਜਦੋਂ ਵੀ ਤੁਸੀਂ ਟੂਰਨਾਮੈਂਟ 'ਤੇ ਆਉਣਾ, ਥੋੜ੍ਹੇ 10 ਮਿੰਟ ਪਹਿਲਾਂ ਲੈ ਕੇ ਇੰਟਰ ਹੋਇਓ ਪਾਰਕਿੰਗ ਲੋਟ ਦੇ ਵਿੱਚ। ਕਈ ਵਾਰੀ ਕਈ ਬੱਚਿਆਂ ਦੀਆਂ ਗੇਮਾਂ ਵੀ ਹੁੰਦੀਆਂ ਹੈਗੀਆਂ, ਫਿਰ ਕਈ ਵਾਰੀ ਪਾਰਕਿੰਗ ਲਾਉਣ ਵੇਲੇ ਉਹ ਇੱਕ ਦੂਜੇ ਨਾਲ ਕਈ ਵਾਰੀ ਬੰਦੇ ਝਗੜਦੇ ਵੀ ਦੇਖੇ ਗਏ ਆ। ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਲਈ ਕਿ ਆਪਾਂ ਸਹੀ ਜਗ੍ਹਾ 'ਤੇ ਪਾਰਕਿੰਗ ਕਰੀਏ, ਜਿੱਥੇ ਨੋ ਪਾਰਕਿੰਗ ਦੇ ਸਾਈਨ ਹੈਗੇ ਆ,
ਉੱਥੇ ਬਿਲਕੁਲ ਪਾਰਕ ਨਾ ਕਰੀਏ, ਕਿਉਂਕਿ ਕਈ ਵਾਰੀ ਜਿਸ ਤਰ੍ਹਾਂ ਜਿੱਥੇ ਸਾਡਾ ਲੰਗਰ ਹੁੰਦਾ ਹੈਗਾ ਉੱਥੇ ਇੱਕ ਦੋ ਸੈਨ ਲਾਏ ਹੁੰਦੇ, ਮੂਹਰੇ ਸਕੂਨ ਰੱਖੇ ਹੁੰਦੇ, ਕਿਉਂਕਿ ਉੱਥੋਂ ਜਿਹੜਾ ਟਰੱਕ ਨੇ ਗੱਡੀ ਨੇ ਆਉਣਾ ਜਾਣਾ ਹੁੰਦਾ, ਜਿਹਨੇ ਪ੍ਰਸ਼ਾਦੇ ਜਾਂ ਰੋਟੀ ਲੈ ਕੇ ਜਾਂ ਲੰਗਰ ਲੈ ਕੇ ਆਉਣਾ ਹੁੰਦਾ, ਉਹ ਲਈ ਰਾਹ ਰੱਖਿਆ ਹੁੰਦਾ ਕਿ ਉਹਨਾਂ ਚੀਜ਼ਾਂ ਨੂੰ ਆਪਾਂ ਪਲੀਜ਼ ਬਲੋਕ ਨਾ ਕਰੀਏ, ਕਿ ਜਦੋਂ ਉਹ ਚੀਜ਼ਾਂ ਬਲੋਕ ਹੋ ਜਾਂਦੀਆਂ ਫਿਰ ਸਾਰਾ ਕੁਛ ਬਲੋਕ ਹੁੰਦਾ ਹੈਗਾ। ਸੋ ਆਪਾਂ ਆਪਣੀ ਵੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਜਿੱਥੇ ਪਾਰਕ ਸਹੀ ਜਗ੍ਹਾ ਹੈਗੀ ਉੱਥੇ ਲਾਈਏ, ਨੋ ਪਾਰਕਿੰਗ ਵਾਲੀ ਜਗ੍ਹਾ 'ਤੇ ਆਪਣੀ ਗੱਡੀ ਪਾਰਕ ਨਾ ਕਰੀਏ। ਬਿਲਕੁਲ ਜੀ, ਇਹ ਬੜਾ ਵਧੀਆ ਹੈਗਾ। ਕਈ ਵਾਰੀ ਦੇਖਿਆ ਜਦੋਂ ਵੱਡੇ ਇਵੈਂਟ ਇੱਥੇ ਹੁੰਦੇ ਆ ਅਤੇ ਉਹ ਰਾਹ ਦੇ ਵਿੱਚ ਗੱਡੀ ਪਾਰਕ ਕਰਕੇ ਚਲੇ ਜਾਂਦੇ, ਜਿਹਨਾਂ ਨੇ ਗੱਡੀ ਕੱਢਣੀ ਹੁੰਦੀ ਉਹ ਵਿਚਾਰੇ ਦੋ ਦੋ ਘੰਟੇ ਤੋਂ ਵੇਟ ਕਰਦੇ ਰਹਿੰਦੇ ਆ, ਨਾ ਉਹ ਪੁਲਿਸ ਨੂੰ ਕਾਲ ਕਰਨ ਜੋ ਕਿ ਗੱਡੀ ਨਾ ਟੋਹ ਹੁੰਦੇ। ਸੋ ਆਪਾਂ ਕਹਿੰਦੇ ਸਾਰੇ ਆਪਣੇ ਪਰਿਵਾਰ ਨੇ ਜੀ, ਅਤੇ ਵਧੀਆ ਟੂਰਨਾਮੈਂਟ ਦੇਖਣ ਵਿੱਚ ਆਪਦਾ ਆਰਾਮ ਨਾਲ ਕਰਨ ਜਾਣ, ਉਹਨਾਂ ਨੂੰ ਕੋਈ ਟਿਕਟ ਕਿਸੇ ਪਾਸੇ ਹੁੰਦੇ ਨੇ ਪ੍ਰੋਬਲਮ ਨਾ ਹੋਵੇ। ਹਾਂਜੀ ਬਿਲਕੁਲ ਰਫਤਾ, ਤਾਂ ਹੀ ਕਿਹਾ ਕਿ ਆਪਾਂ ਗੱਡੀ ਨੂੰ ਪਲੀਜ਼ ਉੱਥੇ ਪਾਰਕ ਕਰੀਏ, ਕਿਉਂਕਿ ਕਈ ਵਾਰੀ ਫਿਰ ਉਹ ਬੰਦੇ ਅਨਾਊਂਸਮੈਂਟ ਵੀ ਕਰਾਉਂਦੇ ਸਟੇਜ ਤੋਂ ਕਿ ਆਹ ਗੱਡੀ ਲੱਗੀ, ਜਾਂ ਫਿਰ ਕਈ ਵਾਰੀ ਬੰਦਾ ਉਹ ਬਿਜ਼ੀ ਹੁੰਦਾ ਕਿਤੇ ਗੇਮ 'ਚ ਜਾਂ ਦੂਰ ਨੇੜੇ ਹੁੰਦਾ ਤਾਂ ਨਹੀਂ ਆ ਪਾਉਂਦਾ, ਤਾਂ ਹੋ ਸਕਦਾ ਕਿਸੇ ਨੂੰ ਕੋਈ ਐਮਰਜੈਂਸੀ ਵੀ ਹੋਵੇ, ਕਿਸੇ ਨੂੰ ਜਾਣਾ ਹੋਵੇ। ਸੋ ਪਲੀਜ਼ ਆਪਾਂ ਆਪਣੀ ਰਿਸਪੋਂਸੀਬਿਲਟੀ ਸਮਝੀਏ, ਅਤੇ ਬਾਕੀ ਮੈਂ ਇੱਕ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਜਿਹੜੀ ਪਾਰਕਿੰਗ ਲੋਟ ਹੈਗੀ ਹੈ ਉਸ ਨੂੰ ਕਲੀਨ ਰੱਖੀਏ, ਕਿ ਆਪਣੀ ਸਾਰੀ ਰਿਸਪੋਂਸੀਬਿਲਟੀ ਬਣਦੀ। ਜੇ ਸਪੋਜ਼ ਕਰੋ ਮੈਂ ਕੋਈ ਬਾਤਲ ਪਾਣੀ ਦੀ ਬੋਤਲ ਪੀ ਰਿਹਾ ਤਾਂ ਉਹਨੂੰ, ਜੇ ਉਹ ਰਿਸਾਈਕਲਿੰਗ ਦੀ ਜਗ੍ਹਾ ਤਾਂ ਉਹਨੂੰ ਰਿਸਾਈਕਲਿੰਗ ਜਗ੍ਹਾ ਪਾਈਏ, ਜਿਹੜਾ ਗਰਬ ਹੈ ਉਹਨੂੰ ਗਰਬ ਜਗ੍ਹਾ ਪਾਈਏ। ਸੋ ਆਪਾਂ ਇਹਨਾਂ ਪਾਰਕਾਂ ਨੂੰ ਕਲੀਨ ਵੀ ਰੱਖੀਏ ਆਪਣੇ ਬੱਚਿਆਂ ਦੇ ਲਈ, ਕਿਉਂਕਿ ਬੱਚਿਆਂ ਨੇ ਆਪਣੇ ਵੱਲ ਦੇਖ ਕੇ ਹੀ ਸਿੱਖਣਾ ਹੋਇਆ ਹੈਗਾ। ਜੇ ਅਸੀਂ ਗਰਬ ਖਿਲਾਰਦੇ ਫਿਰਾਂਗੇ ਤਾਂ ਬੱਚਿਆਂ ਨੇ ਵੀ ਗਾਂ ਗਰਬ ਖਿਲਾਰਨਾ ਹੈਗਾ। ਇਸ ਕਰਕੇ ਆਪਾਂ ਸਾਰੇ ਆਪਣੀ ਰਿਸਪੋਂਸੀਬਿਲਟੀ ਨੂੰ ਸਮਝੀਏ। ਥੈਂਕ ਯੂ ਤੁਹਾਡਾ ਸਾਂਝਾ ਟੀਵੀ ਦਾ, ਅਤੇ ਗੋਲਡੀ ਭਾਈ ਇਹਨਾਂ ਦਾ ਜਿਹੜਾ ਆਪਣੇ ਟੀਮ ਪੰਜਾਬੀ ਤੋਂ, ਮਤਲਬ ਮੇਨ ਗੱਲ ਇਹ ਵੀ ਅਸੀਂ ਤੁਹਾਨੂੰ ਦੇਖ ਦੇਖ ਕੇ ਇੱਥੇ ਲੱਗੇ, ਮਤਲਬ ਸਪੋਰਟਸ ਨੂੰ ਗੋਲਡੀ ਭਾਈ ਇਹਨਾਂ ਦੇ ਆਸ਼ੀਰਵਾਦ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਨੇ। ਤੁਹਾਡਾ ਸਾਂਝਾ ਟੀਵੀ ਦਾ ਪਿਛਲੇ ਸਾਲ ਤੁਸੀਂ ਕੋਪਰੇਟ ਕੀਤਾ, ਹੁਣ ਵੀ ਇਹ ਤੁਸੀਂ ਆਏ ਹੋ। ਸੋ ਵੰਸ ਅਗੇਨ ਸਾਂਝਾ ਟੀਵੀ ਅਤੇ ਗੋਲਡੀ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮਤਲਬ ਜਿਹੜਾ ਇੰਨਾ ਕਮਿਟੀ ਦੇ ਸਪੋਰਟਸ ਦੇ ਨਾਲ ਜੁੜੇ ਹੋਏ ਹੋ ਅਤੇ ਸਪੋਰਟਸ ਨੂੰ ਪ੍ਰਮੋਟ ਕਰਦੇ ਹੋ। ਹਾਂਜੀ, ਸੋ ਜਿਸ ਤਰ੍ਹਾਂ ਕਿ ਇੱਕ ਮੈਂ ਲਾਸਟ ਗੱਲ ਹੋਰ ਮੈਂਸ਼ਨ ਕਰ ਦੇਵਾਂ ਆਪਾਂ ਫਿਨਿਸ਼ ਕਰਨ ਤੋਂ ਪਹਿਲਾਂ, ਕਿ ਜਿਸ ਤਰ੍ਹਾਂ ਕਿ ਆਪਾਂ ਪਾਰਕਿੰਗ ਲੋਟ ਦੇ ਵਿੱਚ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਕਈ ਵਾਰੀ ਦੇਖਿਆ ਗਿਆ ਕਿ ਕਈ ਬੰਦੇ ਹੈ ਨਾ ਪਾਰਕਿੰਗ ਲੋਟਾਂ ਦੇ ਵਿੱਚ ਆਪਣੇ ਟਰੰਕ ਖੋਲ੍ਹ ਕੇ ਉੱਥੇ ਡਰਿੰਕ ਕਰਨ ਲੱਗ ਪੈਂਦੇ ਆ। ਭਾਈ ਜੀ ਮੈਂ ਗੱਲ ਕਰ ਸਕਦੇ ਹਾਂ, ਭਾਈ ਜੀ ਵਧੀਆ ਤੁਸੀਂ ਗੱਲ ਕੀਤੀ, ਮੈਂ ਗੱਲ ਕਰਨ ਲੱਗਿਆ ਸੀ ਕਿ ਮੈਂ ਇਹ ਸੋਚਦਾ ਸੀ ਗੱਲ ਕਰਨੀ ਚਾਹੀਦੀ ਹੈ ਤਰੀਕਾ। ਨਹੀਂ ਨਹੀਂ ਰਫਤਾਰ ਜੀ, ਮੈਂ ਆਪ ਖੁਦ ਦੇਖ, ਹਾਂ ਕਿਉਂਕਿ ਉਸ ਦੇ ਨਾਲ ਰਫਤਾਰ ਜੀ ਪਤਾ, ਕਿਉਂਕਿ ਆਪਾਂ ਦੇਖੋ ਜਿਹੜੇ ਸੋਕਰ ਟੂਰਨਾਮੈਂਟ ਕਰਾ ਰਹੇ ਹਾਂ ਬੱਚਿਆਂ ਨੂੰ ਡਰੱਗ ਤੋਂ ਫ੍ਰੀ ਕਰਨ ਲਈ, ਇਹਨਾਂ ਚੀਜ਼ਾਂ ਤੋਂ ਤਾਂ ਦੂਰ ਕਰਨ ਲਈ ਕਰਾ ਰਹੇ ਹਾਂ, ਅਤੇ ਜੇ ਸਾਡੇ ਸਿਆਣੇ ਬੰਦੇ ਉੱਥੇ ਪਾਰਕਿੰਗ ਲੋਟ ਦੇ ਵਿੱਚ ਟਰੰਕ ਖੋਲ੍ਹ ਕੇ ਦਾਰੂ ਪੀਣਗੇ ਤਾਂ ਉਹ ਇੱਕ ਬੱਚਿਆਂ ਦੇ ਸਾਹਮਣੇ ਇੱਕ ਚੰਗਾ ਸੁਨੇਹਾ ਨਹੀਂ ਜਾਂਦਾ। ਸੋ ਇਸ ਕਰਕੇ ਆਪਣੀ ਮੋਰ ਰਿਸਪੋਂਸੀਬਿਲਟੀ ਬਣ ਜਾਂਦੀ, ਕਿਉਂਕਿ ਆਪਾਂ ਮਚਿਓਰ ਹੈਗੇ ਸਾਰੇ, ਅਤੇ ਦੇਖਿਆ ਵੀ ਪਾਸ ਸਮੇਂ ਦੇ ਵਿੱਚ ਉਹੀ ਬੰਦੇ ਗਏ ਜਿਹੜੇ ਓਵਰ 50 ਹੁੰਦੇ ਆ, ਜਾਂ ਕਈ ਵਾਰੀ ਸਾਡੇ ਜੰਗ ਤਬਕਾ ਵੀ ਹੁੰਦਾ ਕਿ ਉਹ ਉੱਥੇ ਖੋਲ੍ਹ ਕੇ ਕੋਈ ਪੀਣ ਲੱਗ ਪੈਂਦੇ ਆ। ਸੋ ਪਲੀਜ਼ ਅਸੀਂ ਕਈ ਵਾਰੀ ਕਈਆਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਹ ਕਹਿ ਲਓ ਕਿ ਉਹ ਕਈ ਵਾਰੀ ਲੜਾਈ ਦਾ ਕਾਰਨ ਬਣਦਾ। ਇਸ ਕਰਕੇ ਅਸੀਂ ਬੇਨਤੀ ਕਰਾਂਗੇ ਕਿ ਆਪਾਂ ਜ਼ਿੰਮੇਵਾਰੀ ਸਮਝੀਏ, ਤੋ ਆਪਾਂ ਇਹਨਾਂ ਪਾਰਕਾਂ ਨੂੰ ਸਿਰਫ ਸਪੋਰਟਸ ਦੇ ਲਈ ਰੱਖੀਏ। ਠੀਕ ਆ, ਡਰਿੰਕ ਲਈ ਹੋਰ ਬਹੁਤ ਜਗ੍ਹਾ ਬਣੀ ਹੈ ਜਿੱਥੇ ਜਾ ਕੇ ਤੁਸੀਂ ਕਰ ਸਕਦੇ ਹੋ ਆਪਣਾ ਇੰਜੋਇਮੈਂਟ, ਉੱਥੇ ਜਾ ਕਰੋ। ਸੋ ਪਲੀਜ਼ ਇਹ ਆਪਣੀ ਰਿਸਪੋਂਸੀਬਿਲਟੀ ਸਾਰੇ ਸਮਝੀ। ਬੀਸੀ ਡਾਇਰ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦਾ ਜੀ ਬਿਲਕੁਲ ਵੀ, ਕਿਉਂਕਿ ਅਸੀਂ ਆਪ ਨਸ਼ਿਆਂ ਤੋਂ ਟਰਾਈ ਸਾਡੀ ਇਹ ਬੱਚਿਆਂ ਨੂੰ। ਹਾਂਜੀ ਹਾਂਜੀ, ਪੁਲਿਸ ਦਾ ਵੀ ਇੱਥੇ ਸਾਡਾ ਹੋਊਗਾ ਵੀ ਉਹ ਪੁਲਿਸ ਵੀ ਇੱਥੇ ਗੇੜੇ ਮਾਰ ਰਹੇ। ਸੋ ਬੀ ਸੀ ਟੈਗਰ ਇਸ ਗੱਲ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦਾ ਵੀ ਇੱਥੇ ਨਸ਼ਿਆਂ ਦੀ ਵਰਤੋਂ ਹੋਵੇ। ਹਾਂਜੀ ਹਾਂਜੀ, ਸੋ ਸੰਡੇ ਨੂੰ, ਹਾਂਜੀ ਥੈਂਕ ਯੂ ਜੈ। ਸੋ ਹਾਂਜੀ, ਸੋ ਹਾਂਜੀ ਸੰਡੇ ਨੂੰ ਆਪਣੇ ਬੱਚਿਆਂ ਦੇ ਲਈ ਅਸੀਂ ਬੌਂਸੀ ਕੈਸਲ ਅਤੇ ਵਾਟਰ ਸਲਾਈਡਸ ਵੀ ਉਹ ਇੰਤਜ਼ਾਮ ਹੋਊਗਾ, ਅਤੇ ਤਕਰੀਬਨ 11 ਵਜੇ ਤੋਂ ਲੈ ਕੇ 5 ਵਜੇ ਤੱਕ। ਅਤੇ ਬੱਚਿਆਂ ਨੂੰ ਜੇ ਤੁਸੀਂ ਕੋਈ ਡਜ਼ਨਟ ਮੈਟਰ ਤੁਸੀਂ ਪਲੇਅਰ ਹੋ ਜਾਂ ਨਹੀਂ ਪਲੇਅਰ, ਜੇ ਤੁਸੀਂ ਕੋਲ ਰਹਿੰਦੇ ਹੋ ਨਿਊਟਨ ਦੇ, ਕਿਤੇ ਵੀ ਬੱਚਿਆਂ ਨੂੰ ਲਿਆ ਕੇ ਤੁਸੀਂ ਉਹ ਰਾਈਡ ਦਾ ਵੀ ਆਪਣਾ ਇੰਜੋਏ ਕਰ ਸਕਦੇ ਹੋ। ਬੱਚਿਆਂ ਨੂੰ ਫ੍ਰੀ, ਇਹਦੀ ਕੋਈ ਫੀਸ ਨਹੀਂ ਹੈਗੀ ਟੂਰਨਾਮੈਂਟ ਦੀ। ਸੋ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੀ ਐਂਟਰੀ ਆ, ਬੱਚਿਆਂ ਨੂੰ ਟੂਰਨਾਮੈਂਟ 'ਤੇ ਲੈ ਕੇ ਆਓ ਅਤੇ ਇੰਜੋਏ ਕਰੋ ਸਾਰੇ ਟੂਰਨਾਮੈਂਟ। ਸਪੈਸ਼ਲੀ ਸੰਡੇ ਨੂੰ ਜਿੱਦਾਂ ਦੱਸਿਆ ਆਪਣੇ ਵਲੰਟੀਅਰਸ ਨੇ ਵੀ ਵਾਟਰ ਸਲਾਈਡਸ ਅਤੇ ਬੌਂਸੀ ਕੈਸਲ ਦਾ ਵੀ ਇੰਤਜ਼ਾਮ ਹੈਗਾ ਉਸ ਦਿਨ। ਮੈਨੂੰ ਤੁਹਾਡੀਆਂ ਟੀਮਾਂ ਬਾਰੇ ਦੱਸੋ, ਆਪਣੀਆਂ ਕਿਹੜੀਆਂ ਕਿਹੜੀਆਂ ਟੀਮਾਂ ਮੇਨ ਜਿਹੜੀਆਂ
ਖਾਸ ਅਟਰੈਕਸ਼ਨ ਵਾਲੇ ਪਲੇਅਰ ਆਪਣੇ ਜਿਹੜੇ ਇਸ ਵੇਲੇ ਸੁਪਰ ਸਟਾਰ ਪਲੇਅਰ ਆ ਉਹ ਕਿਹੜੇ ਕਿਹੜੇ ਆ ਰਹੇ ਤੇ ਟੀਮਾਂ ਆਪਣੀਆਂ ਕਿਹੜੀਆਂ ਕਿਹੜੀਆਂ ਸੋਹਣੀਆਂ? ਹਾਂਜੀ ਵੈਸੇ ਸਾਰੇ ਬੱਚੇ ਆਪਣੇ ਵਧੀਆ। ਹਾਂਜੀ ਅਟਰੈਕਸ਼ਨ ਹੁੰਦੀ ਹੈ ਕਿੰਨੀਆਂ? ਓਕੇ, ਆਪਣੇ ਕੋਲ ਜਿਹੜੀਆਂ ਪ੍ਰੀਮੀਅਰ ਦੀਆਂ ਟੀਮਾਂ ਪਾਰਟੀਸਪੇਟ ਕਰ ਰਹੀਆਂ ਨੇ, 8 ਟੀਮਾਂ ਪ੍ਰੀਮੀਅਰ ਦੀਆਂ ਪਾਰਟੀਸਪੇਟ ਕਰ ਰਹੀਆਂ ਨੇ ਅਤੇ ਜਿਹਦੇ ਵਿੱਚ BB5 BCT ਹਰਕਿੰਸ ਟੀਮ ਹੋਈ ਅਤੇ SFC ਟੀਮ ਹੋਈ ਅਤੇ ਹੋਰ ਵੀ BMSL ਦੀਆਂ ਜਿਹੜੀਆਂ ਟੋਪ ਦੀਆਂ ਟੀਮਾਂ ਨੇ ਅਤੇ ਉਹਦੇ ਵਿੱਚ ਜਿਹੜੇ ਚੋਟੀ ਦੇ BMSL ਦੇ ਪਲੇਅਰ ਆ, ਕਿਉਂਕਿ ਉਹ ਸਾਰੇ ਖੇਡ ਰਹੇ ਨੇ ਅਤੇ ਕਿਉਂਕਿ ਉਹਨਾਂ ਨੂੰ ਇਹੀ ਹੁੰਦਾ ਵੀ ਅਸੀਂ ਟੂਰਨਾਮੈਂਟ ਜਿੱਤਣਾ, ਔਰ ਸਪੈਸ਼ਲੀ ਕਈ ਟੀਮਾਂ ਨੇ ਪਾਰਟੀਸਪੇਟ ਨਹੀਂ ਕੀਤਾ ਪਰ ਉਹਨਾਂ ਦੇ ਜਿਹੜੇ ਗੁੱਡ ਪਲੇਅਰ ਆ ਉਹ ਦੂਸਰੀਆਂ ਟੀਮਾਂ 'ਚ ਆ ਕੇ ਖੇਡ ਰਹੇ ਨੇ। ਤਾਂ ਹੀ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖਦੇ ਹੁੰਦੇ ਹਾਂ ਵੀ ਆਹ ਪਲੇਅਰ ਤਾਂ ਕਿਸੇ ਹੋਰ ਥਾਂ ਟੀਮ 'ਚ ਸੀਗਾ BMSL ਦੇ ਵਿੱਚ ਪਰ ਹੁਣ ਅੱਜ ਕਿਸੇ ਹੋਰ ਟੀਮ ਵੱਲੋਂ ਖੇਡ ਰਿਹਾ। ਸੋ ਸਭ ਦਾ ਇਹੀ ਆ ਵੀ ਗੁੱਡ ਪਲੇਅਰ ਤਾਂ ਹੀ ਟੀਮਾਂ ਇੱਥੇ ਅਤੇ 8 ਟੀਮਾਂ ਨੇ ਕਿਉਂਕਿ ਉਹ ਜਿਹੜੇ ਲਿਮਿਟਡ ਗੁੱਡ ਪਲੇਅਰ ਆ ਉਹਨਾਂ ਨੇ ਇਹਨਾਂ ਟੀਮਾਂ ਦੇ ਵਿੱਚ ਹੀ ਖੇਡਣਾ ਸਾਰੇ BMSL ਦੇ ਜਿਹੜੇ ਗੁੱਡ ਪਲੇਅਰ ਆ। ਈਵਨ ਦੋ ਮੈਂ ਸੁਣਿਆ ਵੀ ਕੁਛ ਪਲੇਅਰ ਬਾਹਰੋਂ ਵੀ ਆ ਰਹੇ ਨੇ ਵੀ ਆਊਟ ਆਫ ਪ੍ਰੋਵਿੰਸ ਤੋਂ ਵੀ ਜਿਹੜੇ ਖੇਡ ਰਹੇ ਨੇ ਇਹਨਾਂ ਟੀਮਾਂ ਦੇ ਵਿੱਚ, ਅਤੇ ਕਿਉਂਕਿ ਸਾਰੀਆਂ ਟੀਮਾਂ ਦਾ ਜ਼ੋਰ ਲੱਗਿਆ ਹੁੰਦਾ ਵੀ ਅਸੀਂ ਪ੍ਰੀਮੀਅਰ ਡਿਵੀਜ਼ਨ ਜਿੱਤੀ ਹੈ ਅਤੇ ਇਹਦੇ ਵਿੱਚ 8 ਟੀਮਾਂ ਨੇ ਪਾਰਟੀਸਪੇਟ ਕਰਨਾ ਪ੍ਰੀਮੀਅਰ ਡਿਵੀਜ਼ਨ ਦੇ ਵਿੱਚ। ਗੋਲ ਦੇ ਵਿੱਚ ਸਾਡੇ ਕੋਲ 10 ਟੀਮਾਂ ਨੇ ਜਿਹਦੇ ਵਿੱਚ 4 ਟੀਮਾਂ 2 ਟੀਮਾਂ ਟੋਰਾਂਟੋ ਤੋਂ ਪਾਰਟੀਸਪੇਟ ਕਰ ਰਹੀਆਂ ਨੇ, 1 ਐਡਮਿੰਟਨ ਤੋਂ, 1 ਕੈਲਗਰੀ ਤੋਂ। ਸੋ 4 ਟੀਮਾਂ ਗੋਲਡ ਦੇ ਵਿੱਚ ਉਹ ਨੇ, 15 ਟੀਮਾਂ ਇਸ ਵੇਲੇ ਸਾਡੇ ਕੋਲ ਸਿਲਵਰ ਦੀਆਂ ਨੇ ਸਿਲਵਰ ਡਿਵੀਜ਼ਨ ਦੇ ਵਿੱਚ Division 3 ਦੇ ਵਿੱਚ, ਅਤੇ ਓਵਰ 38 ਦੇ ਵਿੱਚ ਸਾਡੇ ਕੋਲ 7 ਟੀਮਾਂ ਨੇ ਅਤੇ ਓਵਰ 50 ਦੇ ਵਿੱਚ ਸਾਡੇ ਕੋਲ 6 ਟੀਮਾਂ ਨੇ ਇਸ ਵੇਲੇ ਜਿਹੜੀ ਪਾਰਟੀਸਪੇਟ। ਅਡਲਟ ਦੀਆਂ ਤਕਰੀਬਨ ਸਾਡੇ ਕੋਲ 45 ਤੋਂ 50 ਟੀਮਾਂ ਸਿਰਫ ਅਡਲਟ ਦੀਆਂ ਪਾਰਟੀਸਪੇਟ ਕਰ ਰਹੀਆਂ ਨੇ। ਉੱਥੇ ਸਾਡੇ ਕੋਲ ਵੂਮਨਸ ਓਪਨ ਦੀਆਂ ਟੀਮਾਂ ਵੀ ਹੈਗੀਆਂ ਨੇ, Division 1 ਦੀਆਂ ਅਤੇ 2 ਦੀਆਂ ਸਾਡੇ ਕੋਲ ਟੀਮ ਹੈਗੀ ਵੂਮਨਸ। ਅਤੇ 2 ਸਾਲ 'ਚ ਵਰਲਡ ਕੱਪ ਆ ਰਿਹਾ ਹੈ, 6-7 ਗੇਮਾਂ ਹੋਣੀਆਂ, ਹਾਂਜੀ ਪਿਛਲੇ ਸਾਲਾਂ ਨਾਲੋਂ ਜਿਹੜੇ ਨੰਬਰ ਆ ਸੋਕਰ ਥੋੜ੍ਹੇ ਸਾਨੂੰ ਇਨਕਰੀਜ਼ ਲੱਗ ਰਹੇ ਨੇ ਜਿਹੜੇ ਹੈਗੇ ਆ, ਪਰ ਜਿਹੜੇ ਪਹਿਲੇ ਸਾਲਾਂ ਦੇ ਵਿੱਚ ਹੁੰਦੇ ਅੱਜ ਤੋਂ ਕੋਵਿਡ ਤੋਂ ਪਹਿਲਾਂ ਉਹਨੇ ਨੰਬਰ ਤਾਂ ਨਹੀਂ, ਪਰ ਫਿਰ ਵੀ ਨੰਬਰ ਇਨਕਰੀਜ਼ ਹੋਏ ਨੇ। ਅਤੇ ਡੈਫੀਨੇਟਲੀ ਜਿਹੜਾ ਤੁਸੀਂ ਵਰਲਡ ਕੱਪ ਦੀ ਗੱਲ ਕੀਤੀ ਆ, 7 ਗੇਮਾਂ ਇੱਥੇ ਹੋਣੀਆਂ ਨੇ ਔਰ ਆਪਣੇ ਲਈ ਬੜੀ ਪ੍ਰਾਊਡ ਵਾਲੀ ਗੱਲ ਆ ਵੀ ਕਿਉਂਕਿ 2 ਕੈਨੇਡੀਅਨ ਗੇਮਾਂ ਇੱਥੇ ਹੋਣੇ, ਕੈਨੇਡਾ ਦੀ ਟੀਮ 2 ਮੈਚ ਇੱਥੇ ਖੇਡਣੇ ਨੇ ਅਤੇ 18 ਤੇ ਮੇਰੇ ਖਿਆਲ 24 ਜੂਨ ਨੂੰ ਜਿਹੜੇ ਹੈਗੇ ਆ, ਅਤੇ 1 ਮੈਚ ਟੋਰਾਂਟੋ 'ਚ ਹੋਣਾ ਵਾ 2026 ਦੇ ਵਿੱਚ। ਅਤੇ ਉਹਦੇ ਵਿੱਚ ਇਹੀ ਆ ਵੀ ਜਿਹੜਾ ਲੋਕਲ ਇਸ ਲੈਵਲ ਦਾ ਟੂਰਨਾਮੈਂਟ ਹੋਣਾ, ਪਿੱਛੇ ਹੁਣ ਮੈਸੀ ਨੇ ਆਉਣਾ ਸੀ ਇੱਥੇ ਔਰ ਤੁਹਾਨੂੰ ਪਤਾ ਸੋਲਡ ਆਊਟ ਸੀ ਪਰ ਨਹੀਂ ਆ ਸਕਿਆ ਨਾ ਕਿਸੇ ਵੀ ਕਾਰਨ ਕਰਕੇ, ਇਸ ਲੈਵਲ ਦਾ ਟੂਰਨਾਮੈਂਟ ਇੱਥੇ ਹੋਣਾ ਮਤਲਬ ਡੈਫੀਨੇਟਲੀ ਆਪਣੀ ਸੋਕਰ ਕਮਿਊਨਿਟੀ ਨੂੰ ਤਾਂ ਬਹੁਤ ਇਹਦਾ ਹੁਲਾਰਾ ਮਿਲਣਾ ਹੀ ਮਿਲਣਾ, ਔਰ ਪਲੱਸ ਜਿਹੜਾ ਹੈਗਾ ਓਵਰਆਲ ਜਿਹੜੀ ਸੋਕਰ ਦੇ ਵਿੱਚ ਪਲੇਅਰਾਂ ਦੀ ਗਿਣਤੀ ਉਹ ਡੈਫੀਨੇਟਲੀ ਵਧੂਗੀ। ਔਰ ਉਹਦੇ ਨਾਲ ਇਹੀ ਆ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਕੈਨੇਡੀਅਨ ਗੌਰਮੈਂਟ ਦਾ ਔਰ BC ਗੌਰਮੈਂਟ ਦਾ, ਜਿਹੜੇ ਸੱਤ ਗੇਮਾਂ ਇੱਥੇ ਹੋਣੀਆਂ, ਓਵਰਆਲ ਕੈਨੇਡਾ ਦੇ 13 ਗੇਮਾਂ ਹੋਣੀਆਂ ਨੇ, 6 ਟੋਰਾਂਟੋ ਹੋਸਟ ਕਰ ਰਹੇ ਹੋ 7 ਆਪਾਂ, ਔਰ ਉਹਦੇ ਵਿੱਚ ਇੱਕ ਕੁਆਟਰ ਫਾਈਨਲ ਵੀ ਹੈਗਾ ਜਿਹੜਾ ਹੁਣ ਇੱਥੇ। ਨਹੀਂ ਦੇਖੋ 2 ਸਾਲਾਂ ਦੇ ਵਿੱਚ ਦੇਖੋ ਕੁਛ ਵੀ ਜਿੱਦਾਂ ਜਿਸ ਤਰ੍ਹਾਂ ਕੁਛ ਬੱਚੇ ਇਸ ਵੇਲੇ ਵਾਈਟ ਕੈਪਸ ਵੱਲ ਨੂੰ ਵੀ ਹੈਗੇ ਨੇ, ਪਰ 2 ਸਾਲਾਂ ਦੇ ਵਿੱਚ ਇਸ ਹਾਰਡ, ਪਰ ਉਹਦੇ ਵਿੱਚ ਇਹ ਜਿਹੜੇ ਅਸੀਂ ਸਪੋਰਟਸ ਕਲੱਬ ਹੈ ਜੀ, ਅਸੀਂ ਬੂਟਾ ਲਾ ਰਹੇ ਹਾਂ ਹਾਲ ਦੀ ਘੜੀ, ਕਿਉਂਕਿ ਤੁਹਾਨੂੰ ਪਤਾ ਜਿਹੜੀ ਆਪਣੀ ਜਨਰੇਸ਼ਨ ਉੱਧਰੋਂ ਆਪਾਂ ਮਿਹਨਤ ਕਰਕੇ ਇੰਨੇ ਬੱਚਿਆਂ ਨੂੰ ਅਸੀਂ ਫੀਲਡ ਦੇ ਵਿੱਚ ਲੈ ਕੇ ਆ ਰਹੇ ਹਾਂ। ਸਾਡਾ ਪਰਪਸ ਇਹੀ ਆ ਵੀ ਅਸੀਂ ਜਿਹੜੀ ਮੋਸਟਲੀ ਫਸਟ ਜਨਰੇਸ਼ਨ ਅਸੀਂ ਉੱਥੋਂ ਆਪ ਆਏ ਹਾਂ, ਅਸੀਂ ਅੱਜ ਉਹ ਬੱਚੇ ਇੱਥੇ ਪਲੇਅਰ ਬਣਾਏ ਆ ਜਿਹੜੇ ਇੱਧਰਲੇ ਬੋਰਨ, ਹੁਣ ਉਹਨਾਂ ਦੀ ਵਿਆਹ ਹੋ ਚੁੱਕੇ ਨੇ। ਜਦੋਂ ਸਪੈਸ਼ਲੀ ਸਾਡਾ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜੇ ਅਸੀਂ ਜਿਹੜੀਆਂ ਕੁੜੀਆਂ ਨੂੰ ਵੀ ਅਸੀਂ ਇੱਧਰ ਲੈ ਕੇ ਆਈਏ ਸਪੋਰਟਸ ਨਾਲ, ਔਰ ਸਾਡੇ ਜ਼ਿਆਦਾਤਰ ਕੋਚ ਆ ਜਿਹੜੇ ਇੱਥੇ ਸੀਨੀਅਰ ਕੋਚ ਆ, ਉਹਨਾਂ ਨੇ ਵੂਮਨਸ ਨੂੰ ਸਪੈਸ਼ਲੀ ਕੁੜੀਆਂ ਟੀਮਾਂ ਨੂੰ ਕੋਚ ਕੀਤਾ, ਔਰ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਕਿਉਂਕਿ ਆਪਣੀਆਂ ਜਿਹੜੀਆਂ ਸੋਰੀ ਟੂ ਸੇ ਜਿਹੜੀਆਂ ਆਪਣੀਆਂ ਪੁਰਾਣੀ ਲੇਡੀਜ਼ ਸੀਗੀਆਂ ਉਹ ਆਪ ਸਪੋਰਟਸ ਨਾਲ ਰਿਲੇਟਡ ਨਹੀਂ ਸੀਗੀਆਂ,
ਇਸ ਕਰਕੇ ਜਦੋਂ ਹੁਣ ਜਿਹੜੀ ਫਿਊਚਰ ਜਨਰੇਸ਼ਨ ਆਉਣੀ ਆ, ਜਦੋਂ ਮਾਂ ਬਾਪ ਦੋ ਹੀ ਸਪੋਰਟਸ ਨਾਲ ਜੁੜੇ ਹੋਣੇ ਆ, ਦੋ ਹੀ ਸੌਕਰ ਨਾਲ ਜੁੜੇ ਹੋਣੇ ਆ, ਤਾਂ ਰਿਜ਼ਲਟ ਆਪਾਂ ਨੂੰ ਉਦੋਂ ਦੇਖਣ ਨੂੰ ਮਿਲਣੇ ਆ। ਹਾਲੇ ਅਸੀਂ ਕਹਿ ਲਓ ਵੀ ਬੂਟੇ ਨੂੰ ਪਾਣੀ ਲਾ ਰਹੇ ਹਾਂ, ਔਰ ਇਹਦੇ ਫਲ 100% ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਦੋ ਹੀ ਸਪੋਰਟਸ ਪਰਸਨ ਹੋਣਗੇ ਮੀਆਂ ਬੀਬੀ, ਤਾਂ ਉਹ ਫਲ 100% ਆਪਣੀ ਕਮਿਊਨਿਟੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ। ਹਾਂਜੀ, ਕਿਉਂਕਿ ਭਾਅ ਜੀ ਦੇਖੋ ਇਸ ਤਰ੍ਹਾਂ ਹੈਗਾ ਕਿ ਜਦੋਂ ਆਪਾਂ ਜਿਸ ਤਰ੍ਹਾਂ ਦੀ ਪਹਿਲਾਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਹੁਣੇ ਸਵਾਲ ਕੀਤਾ ਸੀ ਕਿ ਆਉਣ ਵਾਲੇ ਸਮੇਂ ਤੁਸੀਂ ਸੋਚਦੇ ਹੋ ਕਿ ਆਪਣੇ ਬੱਚੇ ਪ੍ਰੋਫੈਸ਼ਨਲ ਪਲੇਅਰ ਆਉਣਗੇ, ਜੇ ਆਪਾਂ ਨੂੰ ਪ੍ਰੋਫੈਸ਼ਨਲ ਪਲੇਅਰ ਲਿਆਉਣੇ ਆ ਤਾਂ ਫਿਰ ਆਪਾਂ ਨੂੰ ਪ੍ਰੋਫੈਸ਼ਨਲ ਕੋਚਾਂ ਦੀ ਵੀ ਲੋੜ ਪੈਣੀ ਆ। ਉਹੋ ਜਿਹੇ ਅਕੈਡਮੀਆਂ ਦੇ ਵਿੱਚ ਕਹਿ ਲਓ ਕਿ ਉਹੋ ਜਿਹੇ ਕੋਚਾਂ ਦੇ ਅਧੀਨ ਟ੍ਰੇਨਿੰਗ ਮਿਲੂਗੀ, ਤਾਂ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਪਲੇਅਰ ਹੋਰ ਵੀ ਨਿਖਣਗੇ। ਦੇਖੋ ਭਾਅ ਜੀ ਇਹ ਤਾਂ ਹੁੰਦਾ ਹੀ ਆ ਕਿ ਦੇਖੋ ਹਰੇਕ ਕੋਚ ਦਾ ਆਪੋ ਆਪਣਾ ਲੈਵਲ ਹੁੰਦਾ ਹੈਗਾ, ਠੀਕ ਹੈ ਨਾ, ਕਿ ਜਦੋਂ ਪ੍ਰੋਫੈਸ਼ਨਲ ਕੋਚ ਇੱਥੇ ਆਉਣਗੇ, ਇੱਦਾਂ ਨਹੀਂ ਹੁੰਦਾ ਹੈਗਾ ਕਿ ਸਾਡੇ ਕੁਛ ਬੱਚੇ ਇੱਥੇ ਅਸੀਂ ਹਲੇ ਦੇਖਦੇ ਹੈਗੇ ਆ ਜਿਹੜੇ ਕਿ U10-11 ਦੇ ਵਿੱਚ ਹੈਗੇ, ਉਹਨਾਂ ਦੇ ਵਿੱਚ ਬਹੁਤ ਹੀ ਕਹਿ ਲਓ ਕਿ ਕੈਲਵਰ ਦੇ ਪਲੇਅਰ ਹੈਗੇ ਆ, ਸਕਿੱਲ ਵਰਕ ਬਹੁਤ ਹੈਗਾ, ਪਰ ਉਹਨਾਂ ਨੂੰ ਜਿੱਦਾਂ ਰਾਈਟ ਪਾਥ 'ਤੇ ਲਿਜਾਣਾ, ਇਹ ਇੱਕ ਮਕਸਦ ਹੈਗਾ ਬੀ ਸੀ ਟੈਗਰ ਦਾ ਕਿ ਉਹਨਾਂ ਨੂੰ ਆਪਾਂ ਰਾਈਟ ਪਾਥ 'ਤੇ ਕਿੱਦਾਂ ਲਿਜਾ ਸਕਦੇ, ਕਿ ਜਿਹੜਾ ਸੈਲਟਿਕ ਦੇ ਨਾਲ ਸਾਡਾ ਸੀਗਾ ਪਾਰਟਨਰਸ਼ਿਪ, ਉਹ ਕਰਨ ਦਾ ਇਹੀ ਮਕਸਦ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਆਪਣੇ ਪਲੇਅਰਾਂ ਨੂੰ ਇੱਕ ਪਾਥਵੇ ਮਿਲੇ ਕਿ ਪ੍ਰੋਫੈਸ਼ਨਲ ਕਲੱਬ ਦੇ ਨਾਲ ਪ੍ਰੋਫੈਸ਼ਨਲ ਕੋਚਾਂ ਦੇ ਅਧੀਨ ਟ੍ਰੇਨਿੰਗ ਕਰ ਸਕਣ, ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਪ੍ਰੋਫੈਸ਼ਨਲ ਪਲੇਅਰ ਪੈਦਾ ਹੋ ਸਕਣ। ਸਾਡਾ ਮੇਨ ਮਕਸਦ ਤਾਂ ਇਹੀ ਹੈਗਾ, ਉਹ ਸੈਲਟਿਕ ਦੇ ਨਾਲ ਜਿਹੜਾ ਅਸੀਂ ਪਾਰਟਨਰਸ਼ਿਪ ਕੀਤੀ ਹੈਗੀ ਹੈ। ਠੀਕ ਹੈ, ਥੈਂਕ ਯੂ ਗੋਲੀਬਾ। ਅਤੇ ਉਹ ਅਸੀਂ ਕਰੈਕਟ ਬੋਲਿਆ ਪੰਜਾਬੀ ਜਾਂ ਟੀਮ ਪੰਜਾਬ? ਠੀਕ ਆ, ਠੀਕ ਆ, ਮੈਂ ਕਿਹਾ ਵੀ ਕਿਉਂਕਿ ਤੁਹਾਡਾ ਉਹ ਡਿਫਰੈਂਸ ਹੈ, ਹੈ ਮੈਚ ਵੀ ਠੀਕ। ਅੱਛਾ ਅੱਛਾ, ਠੀਕ ਹੈ, ਠੀਕ ਹੈ।